ਪਸ਼ੂਆਂ ਵਾਂਗੂ ਹੀ ਸਾਨੂੰ ਕਰ ਦਿੰਦੇ ਵੀ ਸਾਨੂੰ ਇਹ ਇੱਧਰ ਲੈ ਆਉਂਦੇ ਉਹਨਾਂ ਨੂੰ ਇੱਧਰ ਦੇ ਜੇ ਅਦਲੀ ਬਦਲੀ ਕਰਨੀ ਤਾਂ ਕਿਸ ਤਰੀਕੇ ਨਾਲ ਕਰ ਇਹਨੀ ਉਜਾੜ ਲਏ ਤੱਕੇ ਉਸਨੇ ਉਜਾੜ ਦਿੱਤੇ 13 ਕਿੱਲੇ ਜ਼ਮੀਨ ਦੇ ਸਾਨੂੰ ਪਏ 100-150 ਕਿੱਲੇ ਦੇ ਵਿੱਚ ਸਾਡੇ ਪਰਿਵਾਰ ਦੇ 23 ਜੀ ਮਰੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਗ੍ਰਹਿ ਮੰਤਰਾਲੇ ਦੀ 18 ਅਕਤੂਬਰ 1946 ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ RSS ਦੀਆਂ ਸਰਗਰਮੀਆਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਸੀ। RSS ਨੂੰ ਟ੍ਰਬਲ ਸਪਰੈਡਿੰਗ ਏਜੰਸੀ ਅਤੇ ਪੋਟੈਂਸ਼ਲੀ ਵੈਰੀ ਡੇਂਜਰਸ ਦੇ ਖਾਤੇ ਵਿੱਚ ਰੱਖਿਆ ਗਿਆ। 1947 ਦੇ ਸ਼ੁਰੂ ਵਿੱਚ ਪੰਜਾਬ ਵਿੱਚ RSS ਦੀ ਭਰਤੀ 47,000 ਸੀ। 24 ਜਨਵਰੀ 1947 ਨੂੰ ਪੰਜਾਬ ਸਰਕਾਰ ਨੇ RSS 'ਤੇ ਪਾਬੰਦੀ ਲਗਾ ਦਿੱਤੀ। ਖਿਜਰ ਹਯਾਤ ਖਾਨ ਟਿਵਾਣਾ ਮੁੱਖ ਮੰਤਰੀ ਪੰਜਾਬ ਨੇ RSS ਦੇ ਪ੍ਰਮੁੱਖ ਦਫ਼ਤਰਾਂ ਦੀ ਤਲਾਸ਼ੀ ਦੇ ਹੁਕਮ ਦਿੱਤੇ। 28 ਜਨਵਰੀ ਨੂੰ ਰਾਜਨੀਤਿਕ ਦਬਾਅ ਅੱਗੇ ਝੁਕਦਿਆਂ ਪੰਜਾਬ ਸਰਕਾਰ ਨੇ ਪਾਬੰਦੀ ਤਾਂ ਹਟਾ ਦਿੱਤੀ ਪਰ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ 'ਤੇ ਰੋਕ ਜਾਰੀ ਰੱਖੀ ਗਈ। ਉਨ੍ਹੀਂ ਦਿਨੀ ਮੁਸਲਿਮ ਲੀਗ ਵੱਲੋਂ ਪਾਕਿਸਤਾਨ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਸਨ ਕਿ ਕਿਸੇ ਨੇ 24 ਫਰਵਰੀ 1947 ਨੂੰ ਅੰਮ੍ਰਿਤਸਰ ਸਾਹਿਬ ਵਿੱਚ ਹੀ ਇੱਕ ਸਿੱਖ ਸਿਪਾਹੀ ਦਾ ਕਤਲ ਕਰ ਦਿੱਤਾ। ਵਾਹਿਦ ਲੀਡਰ ਮਾਸਟਰ ਤਾਰਾ ਸਿੰਘ ਨੇ ਇਸ ਕਤਲ ਦਾ ਸਿੱਧਾ ਇਲਜ਼ਾਮ ਮੁਸਲਿਮ ਲੀਗ ਸਿਰ ਮੜਦਿਆਂ ਬਿਆਨ ਦਿੱਤਾ ਕਿ ਲੀਗ ਰਾਜਨੀਤਿਕ ਨਹੀਂ ਬਲਕਿ ਫਿਰਕੂ ਲੜਾਈ ਲੜ ਰਹੀ ਹੈ। ਲੀਗ ਅਤੇ ਅਕਾਲੀ ਦਲ ਵਿਚਕਾਰ ਫੁੱਟ ਪਾ ਕੇ ਪੰਜਾਬ ਦੀ ਵੰਡ 'ਤੇ ਦਸਤਖਤ ਕਰਵਾਉਣ ਨਾਲ ਫਾਇਦਾ ਕਿਸ ਧਿਰ ਨੂੰ ਹੋਣਾ ਸੀ ਇੱਥੇ ਇਹ ਗੱਲ ਸੋਚਣ ਵਾਲੀ ਸੀ ਪਰ ਸੋਚਣ ਲਈ ਸਮਝ ਅਤੇ ਸਮਾਂ ਦੋਵੇਂ ਹੀ ਨਹੀਂ ਸਨ। ਤੀਲੀ ਲਗਾ ਦਿੱਤੀ ਗਈ ਸੀ ਹੁਣ ਸਿਰਫ ਭਾਂਬੜ ਹੀ ਬਣਨੇ ਸਨ। 5 ਮਾਰਚ ਦਾ ਦਿਨ ਪੰਜਾਬ ਦੀ ਵੰਡ ਤੈਅ ਕਰ ਗਿਆ। ਮਾਸਟਰ ਤਾਰਾ ਸਿੰਘ ਸਿੱਖਾਂ ਹਿੰਦੂਆਂ ਅਤੇ ਕਾਂਗਰਸੀ ਵਰਕਰਾਂ ਦੇ ਸਾਂਝੇ ਜਥੇ ਨਾਲ ਸਾਹਮਣੇ ਆਏ। ਉਹਨਾਂ ਸਿੱਖਾਂ ਅਤੇ ਹਿੰਦੂਆਂ ਨੂੰ ਜ਼ੁਲਮ ਖਿਲਾਫ ਡਟ ਜਾਣ ਅਤੇ ਕੁਰਬਾਨੀਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। 11 ਮਾਰਚ ਨੂੰ ਪਾਕਿਸਤਾਨ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। 6 ਮਾਰਚ ਦੇ ਹਿੰਦੁਸਤਾਨ ਟਾਈਮਸ ਅਤੇ ਸਿਵਲ ਐਂਡ ਮਿਲਟਰੀ ਗਜ਼ਟ ਦੀਆਂ ਖਬਰਾਂ ਮੁਤਾਬਕ ਪੰਜਾਬ ਦੇ ਵੱਡੇ ਸ਼ਹਿਰ ਅੰਮ੍ਰਿਤਸਰ ਸਾਹਿਬ, ਜਲੰਧਰ, ਰਾਵਲਪਿੰਡੀ, ਮੁਲਤਾਨ ਅਤੇ ਸਿਆਲਕੋਟ ਅੱਗ ਦੀਆਂ ਲਾਪਟਾਂ ਵਿੱਚ ਘਿਰੇ ਹੋਏ ਸਨ। ਮਾਸਟਰ ਤਾਰਾ ਸਿੰਘ ਨੂੰ ਅੱਗੇ ਲਾ ਕੇ ਚੱਲ ਰਹੀ ਇਸ ਭੀੜ ਵਿੱਚ RSS ਦੇ 47,000 ਵਿੱਚੋਂ ਕਿੰਨੇ ਸ਼ਾਮਲ ਸਨ? RSS ਵੱਲੋਂ ਪੰਜਾਬ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਭਰਤੀ ਕਰਨ ਦਾ ਮਕਸਦ ਕੀ ਸੀ? ਪੰਜਾਬ ਸਰਕਾਰ ਵੱਲੋਂ RSS ਨੂੰ ਟ੍ਰਬਲ ਸਪਰੈਡਿੰਗ ਏਜੰਸੀ ਅਤੇ ਪੋਟੈਂਸ਼ਲੀ ਵੈਰੀ ਡੇਂਜਰਸ ਕਹਿਣ ਦੇ ਕੀ ਅਰਥ ਸਨ? ਇਹ ਗੁੱਝੇ ਸਵਾਲ ਹਨ। RSS ਦੀ ਇਸ ਕਾਰਗੁਜ਼ਾਰੀ ਨੂੰ ਵਰਤਮਾਨ ਭਾਰਤ ਵਿੱਚ ਹੋ ਰਹੀਆਂ ਫਿਰਕੂ ਘਟਨਾਵਾਂ ਦੀ ਰੋਸ਼ਨੀ ਵਿੱਚ ਬਿਹਤਰ ਸਮਝਿਆ ਜਾ ਸਕਦਾ ਹੈ। ਖੈਰ, ਲਾਹੌਰ ਤੋਂ ਜਾਣ ਅਤੇ ਆਉਣ ਵਾਲੀਆਂ ਬਹੁਤੀਆਂ ਰੇਲਾਂ ਰੱਦ ਕਰ ਦਿੱਤੀਆਂ ਗਈਆਂ। ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਵੇਚਣ 'ਤੇ ਰੋਕ ਲਗਾ ਦਿੱਤੀ ਗਈ। ਲਾਹੌਰ ਵਿੱਚ ਆਊਟਗੋਇੰਗ ਫੋਨ ਕਾਲਾਂ ਅਤੇ ਟੈਲੀਗ੍ਰਾਮ 'ਤੇ ਵੀ ਪਾਬੰਦੀ ਲਗਾਈ ਗਈ। ਲਾਹੌਰ ਨਾਲੋਂ ਅੰਮ੍ਰਿਤਸਰ ਸਾਹਿਬ ਦੇ ਹਾਲਾਤ ਜ਼ਿਆਦਾ ਗੰਭੀਰ ਸਨ। ਇੱਥੇ ਹਾਲ ਬਾਜ਼ਾਰ ਦੇ ਚੌਂਕ ਮੋਨੀ ਵਿੱਚ ਇੱਕ ਸਿੱਖ ਭਾਈ ਮੰਗਲ ਸਿੰਘ ਦੇ ਕਤਲ ਤੋਂ ਬਾਅਦ ਲੜਾਈ ਸ਼ੁਰੂ ਹੋਈ ਸੀ। ਹਾਲ ਬਾਜ਼ਾਰ ਅਤੇ ਕਟੜਾ ਜੈਮਲ ਸਿੰਘ ਵਿੱਚ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਟ੍ਰਾਂਸਫਰ ਆਫ ਪਾਵਰ ਵਿੱਚ ਵਾਇਸਰਾਏ ਲਿਖਦੇ ਹਨ ਕਿ 6 ਮਾਰਚ ਦੀ ਸ਼ਾਮ ਤੱਕ ਅੰਮ੍ਰਿਤਸਰ ਦੇ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਗਏ। ਮੌਤਾਂ ਦੀ ਗਿਣਤੀ ਭਾਵੇਂ ਬਹੁਤੀ ਨਹੀਂ ਸੀ ਪਰ ਔਰਤਾਂ ਅਤੇ ਬੱਚਿਆਂ ਸਮੇਤ ਬਹੁਤ ਸਾਰੇ ਲੋਕ ਸ਼ਹਿਰ ਛੱਡ ਕੇ ਭੱਜ ਗਏ ਸਨ। ਕੁਝ ਲੋਕ ਹਥਿਆਰ ਬਣਾ ਰਹੇ ਸਨ। ਬਹੁਤ ਸਾਰੀਆਂ ਬਿਲਡਿੰਗਾਂ ਨੂੰ ਅੱਗ ਲਗਾ ਦਿੱਤੀ ਗਈ ਸੀ। 6 ਮਾਰਚ ਨੂੰ ਲੁਧਿਆਣਾ ਵਿੱਚ ਛੁਰੇਬਾਜ਼ੀ ਦੀਆਂ 9 ਵਾਰਦਾਤਾਂ ਦਰਜ ਕੀਤੀਆਂ ਗਈਆਂ। ਸ਼ਹਿਰ ਵਿੱਚ ਸ਼ਾਮ 6 ਵਜੇ ਤੋਂ ਸਵੇਰ 7 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ। ਹਾਲਾਤਾਂ ਨੂੰ ਕਾਬੂ ਵਿੱਚ ਰੱਖਣ ਲਈ ਕਰਫਿਊ ਨੂੰ 1 ਹਫ਼ਤੇ ਲਈ ਹੋਰ ਵੀ ਵਧਾਇਆ ਗਿਆ। ਸੀਨੀਅਰ ਪੁਲਿਸ ਕਪਤਾਨ ਨੇ ਕੁਝ ਪਿੰਡਾਂ ਦਾ ਦੌਰਾ ਵੀ ਕੀਤਾ। ਜਲੰਧਰ ਵਿੱਚ ਅਕਾਲੀ ਦਲ ਦੇ ਸਾਬਕਾ ਆਗੂ ਬਾਬੂ ਲਾਭ ਸਿੰਘ ਜਦੋਂ ਭੀੜ ਨੂੰ ਸ਼ਾਂਤ ਕਰਨ ਲਈ ਹੱਥ ਜੋੜ ਰਹੇ ਸਨ ਤਾਂ ਅਚਾਨਕ ਕਿਸੇ ਨੇ ਉਹਨਾਂ ਨੂੰ ਚਾਕੂ ਮਾਰ ਦਿੱਤਾ। ਬਾਬੂ ਲਾਭ ਸਿੰਘ ਦੀ ਮੌਤ ਨਾਲ ਹਾਲਾਤ ਭੜਕ ਗਏ। ਪੰਜਾਬ ਦੇ ਗਵਰਨਰ IG ਪੁਲਿਸ ਨਾਲ ਹਾਲਾਤਾਂ ਨੂੰ ਸ਼ਾਂਤ ਕਰਨ ਲਈ ਪਹੁੰਚੇ ਪਰ ਪੇਸ਼ ਨਾ ਜਾਂਦੀ ਵੇਖ ਕੇ ਇੱਥੇ ਐਮਰਜੈਂਸੀ ਫੌਜ ਨੂੰ ਬੁਲਾ ਲਿਆ ਗਿਆ। RSS ਵੱਲੋਂ ਪਾਈਆਂ ਨਫ਼ਰਤ ਦੀਆਂ ਵੱਟਾਂ ਦੇ ਪਰਛਾਵੇਂ ਹੇਠ ਕਾਂਗਰਸ ਵਰਕ ਕਮੇਟੀ ਨੇ 8 ਮਾਰਚ ਨੂੰ ਪੰਜਾਬ ਦੀ ਵੰਡ ਨੂੰ ਮਨਜ਼ੂਰ ਕਰਨ ਦਾ ਮਤਾ ਪਾਸ ਕਰ ਦਿੱਤਾ।
ਇਹ ਮਤਾ ਅਕਾਲੀ ਲੀਡਰਸ਼ਿਪ ਅਤੇ ਸਿੱਖ ਕੌਮ ਨਾਲ ਵੱਡਾ ਧੋਖਾ ਸੀ। ਇਹਦੇ ਖਿਲਾਫ ਸਿੱਖਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ। ਮਾਸਟਰ ਜੀ ਨੇ ਲੌਂਗ ਲਿਵ ਪਾਕਿਸਤਾਨ ਦੇ ਵਿਰੋਧ ਵਿੱਚ ਡੈਥ ਟੂ ਪਾਕਿਸਤਾਨ ਦਾ ਨਾਰਾ ਲਾ ਦਿੱਤਾ। ਇਸ ਤੋਂ ਬਾਅਦ ਮਾਸਟਰ ਜੀ ਦੇ ਜੱਦੀ ਜ਼ਿਲ੍ਹੇ ਰਾਵਲਪਿੰਡੀ ਅਤੇ ਅਟਕ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਤਕੜੀਆਂ ਝੜਪਾਂ ਹੋਈਆਂ। ਸਿੱਖਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਨੇ ਐਲਾਨ ਕੀਤਾ ਕਿ ਉਹ ਮੁਸਲਿਮ ਲੀਗ ਨਾਲ ਅੱਜ ਤੋਂ ਬਾਅਦ ਕੋਈ ਵੀ ਵਾਹ ਵਾਸਤਾ ਨਹੀਂ ਰੱਖਣਗੇ। ਆਰ ਐੱਸ ਐੱਸ ਨੇ ਜਿਸ ਮਕਸਦ ਨਾਲ ਭਾਂਬੜ ਵਾਲੇ ਸਨ, ਉਸ ਮਕਸਦ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਸੀ, ਪਰ ਆਖਰੀ ਪੜਾਵਾਂ ਤੱਕ ਇਹ ਅੱਗ ਬੁਝਣ ਨਹੀਂ ਦਿੱਤੀ ਗਈ। 12 ਮਾਰਚ 1947 ਦੇ ਦਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ 11 ਮਾਰਚ ਤੱਕ ਪੰਜਾਬ ਵਿੱਚ 9,000 ਘਰ ਸਾੜ ਕੇ ਸਵਾਹ ਕਰ ਦਿੱਤੇ ਗਏ ਸਨ। ਇਸ ਨੁਕਸਾਨ ਦਾ ਅੰਦਾਜ਼ਾ 8 ਕਰੋੜ ਦੱਸਿਆ ਗਿਆ। ਵਾਇਸਰਾਏ ਜਰਨਲ ਵਿੱਚ 13 ਮਾਰਚ ਵਾਲੇ ਦਿਨ ਲਾਰਡ ਬੇਵਲ ਲਿਖਦੇ ਹਨ ਕਿ ਸਿੱਖ ਮੌਕੇ ਦਾ ਪੂਰਾ ਫਾਇਦਾ ਉਠਾ ਸਕਦੇ ਸਨ, ਪਰੰਤੂ ਇਹਨਾਂ ਵਿੱਚ ਨਾ ਏਕਤਾ ਹੈ ਅਤੇ ਨਾ ਹੀ ਚੰਗਾ ਲੀਡਰ। ਮਾਸਟਰ ਤਾਰਾ ਸਿੰਘ ਬੁੱਧੂ ਅਤੇ ਜਜ਼ਬਾਤੀ ਹੈ। ਲਾਰਡ ਬੇਵਲ ਦੀ ਇਸ ਟਿੱਪਣੀ ਦਾ ਜ਼ਿਕਰ ਸਿਵਲ ਵਾਰ ਆਫ ਦਾ ਵਰਲਡ ਵਿੱਚ ਵੀ ਮਿਲਦਾ ਹੈ। ਇਸ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਮਾਸਟਰ ਤਾਰਾ ਸਿੰਘ ਕਾਂਗਰਸ ਅਤੇ ਮੁਸਲਿਮ ਲੀਗ ਦੇ ਲੀਡਰਾਂ ਦਾ ਪਾਸਕੂ ਨਹੀਂ ਸੀ। ਖੈਰ, 24 ਮਾਰਚ 1947 ਨੂੰ ਭਾਰਤ ਦੇ ਨਵੇਂ ਵਾਇਸਰਾਏ ਲਾਰਡ ਲੂਇਸ ਮਾਊਂਟਬੈਟਨ ਆਪਣੀ ਪਤਨੀ ਐਡਵੀਨਾ ਮਾਊਂਟਬੈਟਨ ਨਾਲ ਭਾਰਤ ਆਏ। ਕੁਈਨ ਵਿਕਟੋਰੀਆ ਦਾ ਗ੍ਰੇਟ ਗ੍ਰੈਂਡਸਨ ਲਾਰਡ ਮਾਊਂਟਬੈਟਨ ਫੌਜੀ ਪਿਛੋਕੜ ਵਿੱਚੋਂ ਸੀ। ਭਾਰਤ ਆਉਣ 'ਤੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ। ਮਾਊਂਟਬੈਟਨ ਦੇ ਸਾਹਮਣੇ ਇੱਕ ਵੱਡੀ ਜ਼ਿੰਮੇਵਾਰੀ ਸੀ ਜੋ ਉਸਨੂੰ ਜੂਨ 1948 ਤੋਂ ਪਹਿਲਾਂ ਪੂਰੀ ਕਰਨੀ ਪੈਣੀ ਸੀ, ਪਰ ਲਾਰਡ ਮਾਊਂਟਬੈਟਨ ਬਹੁਤ ਜਲਦ ਮਿੱਥੀ ਗਈ ਸਮਾਂ ਹੱਦ ਵਿੱਚ ਭਾਰੀ ਕਟੌਤੀ ਕਰਨ ਵਾਲੇ ਸਨ। ਮਾਊਂਟਬੈਟਨ ਦੇ ਭਾਰਤ ਆਉਣ ਤੱਕ ਪਾਕਿਸਤਾਨ ਦੀ ਮੰਗ ਜ਼ਮੀਨੀ ਪੱਧਰ 'ਤੇ ਬਹੁਤ ਜ਼ੋਰ ਫੜ ਚੁੱਕੀ ਸੀ। ਮਾਰਚ ਦੇ ਅਖੀਰ ਵਿੱਚ ਮਾਊਂਟਬੈਟਨ ਨੇ ਕਾਂਗਰਸ ਦਾ ਬਟਵਾਰੇ ਦੀ ਸਹਿਮਤੀ ਵਾਲਾ ਮਤਾ ਬਰਤਾਨੀਆ ਸਰਕਾਰ ਨੂੰ ਮਨਜ਼ੂਰੀ ਲਈ ਭੇਜ ਦਿੱਤਾ। ਬਹੁਤ ਚਰਚਿਤ ਕਿਤਾਬ ਮਿਸ਼ਨ ਵਿਦ ਮਾਊਂਟਬੈਟਨ ਵਿੱਚ ਐਲਨ ਕੈਂਪਬੈਲ ਜੌਨਸਨ ਨੇ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਕੈਂਪਬੈਲ ਦੂਸਰੀ ਸੰਸਾਰ ਜੰਗ ਦੌਰਾਨ 1941 ਤੋਂ ਲਾਰਡ ਮਾਊਂਟਬੈਟਨ ਦੇ ਨਾਲ ਸਨ ਅਤੇ ਬਰਤਾਨੀਆ ਦੀ ਜਰਮਨ ਖਿਲਾਫ਼ ਮੁਹਿੰਮ ਦੌਰਾਨ ਮਾਊਂਟਬੈਟਨ ਦਾ ਸਾਥ ਦੇ ਚੁੱਕੇ ਸਨ। ਭਾਰਤ ਦਾ ਵਾਇਸਰਾਏ ਬਣਨ ਸਮੇਂ ਲਾਰਡ ਮਾਊਂਟਬੈਟਨ ਨੇ ਐਲਨ ਕੈਂਪਬੈਲ ਨੂੰ ਖਾਸ ਤੌਰ 'ਤੇ ਆਪਣੇ ਸਟਾਫ ਵਿੱਚ ਸ਼ਾਮਲ ਕੀਤਾ ਸੀ। ਕੈਂਪਬੈਲ ਲਿਖਦੇ ਹਨ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੰਗੇ ਭੜਕੇ ਹੋਏ ਸਨ। 31 ਮਾਰਚ ਨੂੰ ਉਹਨਾਂ ਨੇ ਇਸ ਗੱਲ ਦੀ ਖੁਦ ਪੁਸ਼ਟੀ ਕੀਤੀ ਕਿ ਕੁਝ ਥਾਵਾਂ 'ਤੇ ਹਿੰਦੂ ਅਤੇ ਸਿੱਖ ਇਕੱਠੇ ਲੜਾਈ ਕਰ ਰਹੇ ਸਨ। ਇਸ ਗੱਲ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਹਿੰਦੂਆਂ ਦਾ ਆਪਣਾ ਮਿਲੀਟੈਂਟ ਵਿੰਗ ਰਾਸ਼ਟਰੀ ਸਵੈਮ ਸੇਵਕ ਸੰਘ ਵੀ ਇਹਨਾਂ ਘਟਨਾਵਾਂ ਵਿੱਚ ਸਰਗਰਮ ਹੈ। ਇਸ ਵਿੱਚ ਆਰ ਐੱਸ ਐੱਸ ਦੇ ਮੈਗਜ਼ੀਨ ਆਰਗੇਨਾਈਜ਼ਰ ਦੀਆਂ ਕਾਰਵਾਈਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਦ ਪਾਰਟੀਸ਼ਨ ਆਫ ਇੰਡੀਆ ਐਂਡ ਮਾਊਂਟਬੈਟਨ ਵਿੱਚ ਲਤੀਫ਼ ਅਹਿਮਦ ਸ਼ੇਰਵਾਨੀ ਮਾਊਂਟਬੈਟਨ ਪੇਪਰਜ਼ ਦੇ ਹਵਾਲੇ ਨਾਲ ਲਿਖਦੇ ਹਨ ਕਿ ਗੁੜਗਾਉਂ ਜ਼ਿਲ੍ਹਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਪੰਜਾਬ ਦੇ ਗਵਰਨਰ ਏਵਨ ਜੈਂਕਿੰਸ ਨੇ 3 ਅਪ੍ਰੈਲ 1947 ਨੂੰ ਮਾਊਂਟਬੈਟਨ ਨੂੰ ਸੂਚਿਤ ਕੀਤਾ ਕਿ ਗੁੜਗਾਉਂ ਵਿੱਚ ਦੰਗੇ ਫੈਲ ਗਏ ਹਨ। ਪਿਛਲੇ ਦਿਨ ਹਿੰਦੂ ਅਹੀਰਾਂ ਨੇ ਮੁਸਲਮਾਨਾਂ ਦੇ ਇੱਕ ਪਿੰਡ 'ਤੇ ਹਮਲਾ ਕਰਕੇ ਪਿੰਡ ਨੂੰ ਅੱਗ ਲਾ ਦਿੱਤੀ ਅਤੇ ਇਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 28 ਵਿਅਕਤੀ ਮਾਰੇ ਗਏ ਅਤੇ 15 ਜ਼ਖਮੀ ਹੋਏ। ਨੇੜਲੀ ਸਟੇਟ ਅਲਬਰ ਸਮੇਤ ਬਹੁਤ ਸਾਰੇ ਪਿੰਡਾਂ ਵਿੱਚ ਵੀ ਅੱਗਾਂ ਲਾਈਆਂ ਗਈਆਂ। ਰਵਾੜੀ ਸ਼ਹਿਰ ਵਿੱਚ ਵੀ ਅੱਗ ਲੱਗਣ ਦੀ ਵੱਡੀ ਘਟਨਾ ਵਾਪਰੀ ਹੈ ਜੋ ਸਿਰਫ ਸੰਯੋਗ ਨਹੀਂ ਬਲਕਿ ਜਾਣ ਬੁੱਝ ਕੇ ਲਗਾਈ ਗਈ ਲੱਗਦੀ ਹੈ। 30 ਅਪ੍ਰੈਲ ਨੂੰ ਜੈਂਕਿੰਸ ਨੇ ਦੁਬਾਰਾ ਰਿਪੋਰਟ ਭੇਜੀ ਜਿਸ ਵਿੱਚ ਗੁੜਗਾਉਂ ਅਤੇ ਨੇੜਲੇ ਜ਼ਿਲ੍ਹੇ ਅਲਬਰ ਵਿੱਚ ਪਿਛਲੇ 5 ਹਫ਼ਤਿਆਂ ਦੇ ਹਾਲਾਤਾਂ ਦਾ ਬਿਊਰਾ ਸੀ। ਇਸ ਵਿੱਚ ਦੱਸਿਆ ਗਿਆ ਕਿ ਇਹ ਦੰਗੇ 27 ਮਾਰਚ ਤੋਂ ਸ਼ੁਰੂ ਹੋਏ ਸਨ ਜਿਨ੍ਹਾਂ ਵਿੱਚ ਹਿੰਦੂ ਜਾਟ, ਗੁੱਜਰ ਅਤੇ ਅਹੀਰਾਂ ਦਾ ਗਰੁੱਪ ਸੀ। ਇਹ ਗਰੁੱਪ ਜ਼ਿਲ੍ਹੇ ਦੇ ਬਾਰਡਰ ਦੇ ਨਾਲ ਨਾਲ ਅਤੇ ਅਲਬਰ ਸਟੇਟ ਵਿੱਚ ਮੁਸਲਮਾਨਾਂ ਦੇ ਖਿਲਾਫ਼ ਸਰਗਰਮ ਸੀ। ਇਕੱਲੇ ਅਹੀਰਾਂ ਨੇ ਸਿਰਫ ਇੱਕ ਪਿੰਡ ਵਿੱਚ 28 ਮੁਸਲਮਾਨਾਂ ਨੂੰ ਮਾਰ ਦਿੱਤਾ। ਗੁੜਗਾਉਂ ਜ਼ਿਲ੍ਹੇ ਵਿੱਚ ਮੌਤਾਂ ਦਾ ਕੁੱਲ ਅੰਕੜਾ 100 ਦੇ ਲਗਭਗ ਸੀ। ਜੈਂਕਿੰਸ ਨੇ ਇਹ ਵੀ ਲਿਖਿਆ ਕਿ ਕੁਝ ਦਿਨ ਪਹਿਲਾਂ ਮੁਸਲਮਾਨਾਂ ਦੀਆਂ 36 ਲਾਸ਼ਾਂ ਗੁੜਗਾਉਂ ਦੇ ਇੱਕ ਪਿੰਡ ਦੇ ਨਾਲੇ ਵਿੱਚੋਂ ਬਰਾਮਦ ਹੋਈਆਂ ਹਨ। ਇਹ ਲਾਸ਼ਾਂ ਅਲਬਰ ਵੱਲੋਂ ਆਈਆਂ ਸਨ। ਮਿਸਟਰ ਜਿਨ੍ਹਾਂ ਪੰਜਾਬ ਅਤੇ ਬੰਗਾਲ ਦਾ ਬਟਵਾਰਾ ਨਾ ਕਰਨ ਲਈ ਅੜੇ ਹੋਏ ਸਨ। ਇੰਟੈਲੀਜੈਂਸ ਬਿਊਰੋ ਦੇ ਦਿੱਲੀ ਵਿਭਾਗ ਵੱਲੋਂ 4 ਮਈ 1947 ਦੀ ਇੱਕ ਰਿਪੋਰਟ ਵਿੱਚ ਮਿਸਟਰ ਜਿਨ੍ਹਾਂ ਦੇ ਇੱਕ ਭਾਸ਼ਣ ਦਾ ਜ਼ਿਕਰ ਹੈ। ਮਿਸਟਰ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰੈਸ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਕਾਂਗਰਸ ਅਤੇ ਹਿੰਦੂ ਮਹਾਂਸਭਾ ਨੇ ਪੰਜਾਬ ਅਤੇ ਬੰਗਾਲ ਦੇ ਬਟਵਾਰੇ ਬਾਰੇ ਪ੍ਰੋਪੇਗੰਡਾ ਸ਼ੁਰੂ ਕਰ ਦਿੱਤਾ ਹੈ।
मैं तुहाडा ध्यान इस गल वल दिवाउणा चाहुंदा हाँ कि यह शक्की माहौल पैदा करन दी बहुत वड्डी चाल है कि बंटवारे का मता मुस्लिम लीग द्वारा पेश किया गया है, जबकि मूल सच यह है कि हिंदू और मुसलमान दो वक्रियां कौमां हन, दोवें अपने अपने कौमी घर चाहुंदियां हन। मुस्लिम होमलैंड विच पंजाब, नॉर्थ वैसट फ्रंटियर प्रोविंस, सिंध, बलोचिस्तान, बंगाल और असाम शामिल हैं। यह बंटवारा हिंदुओं को उन्होंने कौमी घर भी प्रदान करेगा, जिसका मतलब ब्रिटिश इंडिया का 3/4 भाग हिंदुस्तान विच रहेगा। मिस्टर जिनाह का यह भाषण काफ़ी विस्थारित है। इस विच उन्होंने पंजाब ते बंगाल की वंड नू नामंजूर कर दिता अते कांग्रेस अते हिंदू महासभा के हालातों नू बिगाड़ के बंटवारे का माहौल सिरजण दे सीधे इल्जाम लाए। जिनाह ने सिख लीडरशिप नाल सुलह सफाई दीआं भरपूर कोशिशां कीतीआं तां जो सिख पाकिस्तान नाल रहना मन जाण। इस सुझाव का समर्थन बरतानिया सरकार भी करती सी। मुहम्मद अली जिनाह ने कई तरह दी रायतां सिख कौम नूं देण दी पहल कीती सी, जिन्हां दा जिक्र सरदार कपूर सिंह अक्सर करदे रहे हन। मुहम्मद अली जिनाह वल्लों मई 1947 विच सरदार कपूर सिंह राही मास्टर तारा सिंह नूं भेजी एक चिट्ठी इतिहास बनी हुई है। इस विच जिक्र है कि पंजाब नूं ना वंडिया जाए, रावी तों लैके जमुना तक दा इलाका सिखां दी जन्म भूमि समझा जाए, सिख पाकिस्तान अंदर उप कौम दे तौर ते विशेष अधिकारां अते अंदरूनी आजादी दे मालक होणगे। पंजाब विच सिखां लई 33% राखवीआं सीटां अते हक पक्के तौर ते अते बाकी पाकिस्तान विच 20% हक सने हाई कोर्टां अते सुप्रीम कोर्ट दे दित्ते जाणगे। पंजाब दा गवर्नर जां मुख मंत्री हमेशा सिख होवेगा। पाकिस्तान दी फौज विच 40% सिख भर्ती राखवीं होवेगी। यही तनासब फौजी हाई कमांड विच होवेगा। पाकिस्तान दा कोई भी कानून पास होके लागू नहीं किया जाएगा जे सिख बहु गिणती कह देवे कि वह कानून पितकरे भरिया है। सरदार कपूर सिंह दे हवाले नाल यह गल भी साफ हुंदी है कि सिख स्टूडेंट फैडरेशन दे कुछ अहुदेदारां वल्लों मुहम्मद अली जिनाह अते महाराजा पटियाला यादविंदर सिंह विच सिख स्टेट दे मसले ते मुलाकात करवाउण दीआं कोशिशां भी कीतीआं गईआं। बरतानिया सरकार अते लॉर्ड माउंटबेटन जल्द तो जल्द इस मसले का हल चाहते सन। कांग्रेस का रवैया काफ़ी अड़ियल रहा सी। शंकर घोष ने अपनी किताब जवाहर लाल नहरू ए बायोग्राफी विच जिक्र किया है कि किवें एक बार नहरू ने मुहम्मद अली जिनाह ते निशाना बिंदिया बयान दिता कि लियाकत अली खान की सहमति तो बिना अंतरिम सरकार विच मुस्लिम लीग लई चपड़ासी दे अहुदे लई भी कोई जगह नहीं है। जदों कांग्रसी लीडर मौलाना आजाद ने एक बार गांधी नूं पुछया कि तुसी बंटवारे नाल सहमत हो, तां गांधी ने जवाब दिता इह किहो जिहा सवाल है, बंटवारा मेरी लाश ते होवेगा। 3 मई 1947 की प्रार्थना सभा विच गांधी ने ऐलान किया भावें सारे भारत को अग लग जाए पर असी पाकिस्तान नूं मंजूर नहीं करांगे, बेशक मुसलमान इस नूं तलवार की नोक नाल ही क्यों ना मंगण। इन्हीं दिनी ही माउंटबेटन ने ऐलान किया कि जिन्ना समा राज वापसी नहीं की जाती वह किसी भी तरह की फिरकू हिंसा की आग्या नहीं देवेगा, इत्थे कोई दंगा नहीं होवेगा ना ही खून वहेगा। मैं एक सैनिक हाँ, आम नागरिक नहीं। इनू रोकण लई मैं सेना अते हवाई फौज नू टैंक अते हवाई जहाज वरतण लई हुक्म देंगा। पर लॉर्ड माउंटबेटन दे ए दावे फोके साबित होए, महीनिया वधी खून बहिंदा रहा। पंजाब दे गवर्नर सर एवन जैंकिंस ने माउंटबेटन नू रिपोर्ट भेजी कि सिख अपने पंजाब की पछमी हद चनाब दरिया तक चाहते हैं अते मुसलमान उम्मीद करते हैं कि उन्हां दे पंजाब की पूर्वी हद अंबाले तक होवे। हर कोई इस तरह वर्ताव करता है जिवें जंग लगी होवे जां कुछ हफ्तों विच लगन वाली होवे। पंजाब दे कुछ लीडरां ने मैनू पुछया कि जे मुसलमानां नू पाकिस्तान मिल रहा है तां सिखां नू अपना देश क्यों नहीं मिलना चाहिए। ज्ञानी करतार सिंह ने पंजाब दे गवर्नर नू दस्या कि उसनू कोई इतराज़ नहीं जे गैर पंजाबी बोलदे कुछ जिलियां दा तबादला यूपी नाल कर लिया जाए तां जो पूर्वी पंजाब सिखां दी बहुगिणती वाली स्टेट विच बदल जाए, सिखां दा होमलैंड जो भविख विच प्रभुसत्ता संपन्न मुल्क बन सके। बंटवारे की रूपरेखा बारे एक दस्तावेज 2 मई 1947 नूं चीफ ऑफ स्टाफ लॉर्ड इसमे राही बरतानिया कैबिनेट की मंजूरी लई भारत तो लंडन भेजा गया। यह दस्तावेज नहरू ने पहला नहीं वेख्या सी। अजिहा दावा शंकर घोष वालों अपनी किताब जवाहर लाल नहरू ए बायोग्राफी विच कीता गया है।
ਸ਼ੰਕਰ ਘੋਸ਼ ਲਿਖਦੇ ਹਨ ਕਿ 10 ਮਈ ਨੂੰ ਮਾਊਂਟ ਬੈਟਨ ਦੀ ਸ਼ਿਮਲਾ ਰਹਿਸ਼ ਤੇ ਨਹਿਰੂ ਰਾਜ ਦੇ ਖਾਣੇ ਦੇ ਮਹਿਮਾਨ ਬਣ ਕੇ ਪਹੁੰਚੇ। ਜਦੋਂ ਕ੍ਰਿਸ਼ਨਾ ਮੈਨਨ ਸਮੇਤ ਬਾਕੀ ਸਾਰੇ ਜਾਣੇ ਚਲੇ ਗਏ ਤਾਂ ਮਾਊਂਟ ਬੈਟਨ ਨੇ ਇਸ ਪਲਾਨ ਦੀ ਇੱਕ ਕਾਪੀ ਨਹਿਰੂ ਨੂੰ ਦੇ ਦਿੱਤੀ। ਜਿਸ ਤਰ੍ਹਾਂ ਦਾ ਇਹ ਖੁਫੀਆ ਦਸਤਾਵੇਜ਼ ਸੀ, ਵਾਇਸਰਾਏ ਨੂੰ ਨਹਿਰੂ ਨੂੰ ਨਹੀਂ ਸੀ ਦੇਣਾ ਚਾਹੀਦਾ। ਹਾਂ, ਵਿਖਾਇਆ ਜਾ ਸਕਦਾ ਸੀ, ਉਹ ਵੀ ਮੁਹੰਮਦ ਅਲੀ ਜਨਾਹ ਦੀ ਹਾਜ਼ਰੀ ਵਿੱਚ, ਪਰ ਮਾਊਂਟ ਬੈਟਨ ਨੇ ਮਹਿਮਾਨ ਨਾਲ ਦੋਸਤੀ ਨਿਭਾਈ ਸੀ। ਨਹਿਰੂ ਇਸ ਪਲਾਨ ਨੂੰ ਪੜ੍ਹਨ ਲਈ ਆਪਣੇ ਕਮਰੇ ਵਿੱਚ ਲੈ ਗਏ। ਨਹਿਰੂ ਦੀ ਉਸ ਰਾਤ ਦੀ ਹਾਲਤ ਦਾ ਜ਼ਿਕਰ ਸ਼ੰਕਰ ਘੋਸ਼ ਅਤੇ ਬੀ ਪੀ ਮੈਨਨ ਦੋਵਾਂ ਨੇ ਕੀਤਾ ਹੈ। ਸ਼ੰਕਰ ਘੋਸ਼ ਲਿਖਦੇ ਹਨ, ਇਸ ਪਲਾਨ ਨੂੰ ਪੜ੍ਹਦਿਆਂ ਨਹਿਰੂ 'ਤੇ ਦਿਲ ਦਹਿਲਾਉਣ ਵਾਲਾ ਪ੍ਰਭਾਵ ਪਿਆ। ਨਹਿਰੂ ਨੂੰ ਮਾਊਂਟ ਬੈਟਨ 'ਤੇ ਕੋਈ ਭਰੋਸਾ ਨਾ ਰਿਹਾ। ਉਹ ਰਾਤ ਨੂੰ 2 ਵਜੇ ਗੁੱਸੇ ਨਾਲ ਭਰੇ ਬੀ ਪੀ ਮੈਨਨ ਦੇ ਕਮਰੇ ਵਿੱਚ ਚਲੇ ਗਏ ਅਤੇ ਇਸ ਪਲਾਨ ਖਿਲਾਫ ਆਪਣੀ ਪੜਾਸ ਕੱਢਣ ਲੱਗ ਪਏ। ਇਸ ਦਾ ਨਾਮ ਬਾਲਕਨ ਪਲਾਨ ਸੀ। ਇਸ ਪਲਾਨ ਵਿੱਚ ਮਹੱਤਵਪੂਰਨ ਗੱਲ ਇਹ ਸੀ ਕਿ ਸਾਰੇ ਪ੍ਰਾਂਤਾਂ ਅਤੇ ਰਿਆਸਤਾਂ ਨੂੰ ਆਜ਼ਾਦ ਮੁਲਕ ਬਣਨ ਦਾ ਅਧਿਕਾਰ ਦਿੱਤਾ ਜਾਵੇਗਾ। ਜੇ ਉਹ ਚਾਹੁਣ ਤਾਂ ਹਿੰਦੁਸਤਾਨ ਜਾਂ ਪਾਕਿਸਤਾਨ ਨਾਲ ਵੀ ਰਲ ਸਕਦੇ ਹਨ। ਰਾਜਾਂ ਦੀ ਇਸ ਆਜ਼ਾਦੀ ਦੀ ਗੱਲ 'ਤੇ ਨਹਿਰੂ ਬਹੁਤ ਭੜਕ ਗਏ। ਨਹਿਰੂ ਦੀ ਹੱਦ ਦਰਜੇ ਦੀ ਨਾਰਾਜ਼ਗੀ ਨੂੰ ਵੇਖਦੇ ਹੋਏ ਇਸ ਪਲਾਨ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਮਾਊਂਟ ਬੈਟਨ ਨੂੰ ਨਹਿਰੂ ਦੇ ਇਸ ਬਖਲਾਹਟ ਭਰੇ ਵਰਤਾਓ 'ਤੇ ਹੈਰਾਨੀ ਹੋਈ। ਅਗਲੇ ਦਿਨ 11 ਮਈ ਨੂੰ ਬੀ ਪੀ ਮੈਨਨ ਨੇ ਇੱਕ ਹੋਰ ਸੋਧੀ ਹੋਈ ਯੋਜਨਾ ਤਿਆਰ ਕੀਤੀ। ਇਹ ਬਟਵਾਰੇ ਬਾਰੇ ਆਖਰੀ ਯੋਜਨਾ ਹੋ ਨਿਬੜੀ। 14 ਮਈ ਨੂੰ ਬਰਤਾਨੀਆ ਕੈਬਨਿਟ ਦੀ ਮਨਜ਼ੂਰੀ ਲਈ ਮਾਊਂਟ ਬੈਟਨ ਖੁਦ ਇਸ ਨੂੰ ਲੈ ਕੇ ਲੰਡਨ ਲਈ ਰਵਾਨਾ ਹੋ ਗਿਆ। 21 ਮਈ ਨੂੰ ਕੰਜ਼ਰਵੇਟਿਵ ਲੀਡਰ ਅਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨੇ ਵੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕਲੀਮੈਂਟ ਐਟਲੀ ਨੂੰ ਲਿਖੀ ਇੱਕ ਹੱਥ ਲਿਖਤ ਚਿੱਠੀ ਰਾਹੀਂ ਬਰਤਾਨੀਆ ਸਰਕਾਰ ਦੁਆਰਾ ਭਾਰਤ ਨੂੰ ਛੱਡਣ ਦੇ ਫੈਸਲੇ ਦਾ ਸਮਰਥਨ ਕਰ ਦਿੱਤਾ। ਇਸ ਯੋਜਨਾ ਨੂੰ ਬਰਤਾਨੀਆ ਕੈਬਨਿਟ ਦੀ ਮਨਜ਼ੂਰੀ ਦਵਾ ਕੇ ਮਾਊਂਟ ਬੈਟਨ 30 ਮਈ ਨੂੰ ਵਾਪਸ ਭਾਰਤ ਆ ਗਏ। ਹੁਣ ਇਸ ਯੋਜਨਾ ਲਈ 3 ਪ੍ਰਮੁੱਖ ਧਿਰਾਂ ਦੇ ਨੁਮਾਇੰਦਿਆਂ ਨਹਿਰੂ, ਜਨਾਹ ਅਤੇ ਬਲਦੇਵ ਸਿੰਘ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਸੀ। ਇਸ ਲਈ 2 ਜੂਨ ਦਾ ਦਿਨ ਮਿੱਥਿਆ ਗਿਆ। 2 ਜੂਨ ਨੂੰ ਦੁਪਹਿਰ ਵੇਲੇ ਵਾਇਸਰਾਏ ਹਾਊਸ ਨਵੀਂ ਦਿੱਲੀ ਵਿਖੇ, ਜਿੱਥੇ ਹੁਣ ਰਾਸ਼ਟਰਪਤੀ ਭਵਨ ਹੈ, 7 ਲੀਡਰ ਵਾਇਸਰਾਏ ਦੇ ਨਾਲ ਇੱਕ ਗੋਲ ਮੇਜ਼ ਦੇ ਆਲੇ ਦੁਆਲੇ ਬੈਠੇ ਹੋਏ ਸਨ। ਇਹਨਾਂ ਵਿੱਚ ਕੁਝ ਪਿਛਲੇ ਸਾਲ ਗਠਿਤ ਹੋਈ ਅੰਤਰਿਮ ਸਰਕਾਰ ਦੇ ਆਗੂ ਵੀ ਸਨ। ਮਾਊਂਟ ਬੈਟਨ ਐਗਜੀਕਿਊਟਿਵ ਕੌਂਸਲ ਦੇ ਪ੍ਰਧਾਨ ਸਨ ਅਤੇ ਬਾਕੀ ਸਾਰੇ ਮੈਂਬਰ ਸਨ। ਕਰੋੜਾਂ ਲੋਕਾਂ ਦੀ ਕਿਸਮਤ ਬਾਰੇ ਇਹਨਾਂ ਨੇ ਅੱਜ ਅੰਤਿਮ ਫੈਸਲਾ ਲੈਣਾ ਸੀ। ਇਹਨਾਂ ਵਿੱਚ 3 ਲੀਡਰ ਕਾਂਗਰਸ ਅਤੇ 3 ਮੁਸਲਿਮ ਲੀਗ ਦੇ ਸਨ। 7ਵਾਂ ਨੁਮਾਇੰਦਾ ਸਿੱਖ ਕੌਮ ਵੱਲੋਂ ਬਲਦੇਵ ਸਿੰਘ ਸੀ। ਇਸ ਫੋਟੋ ਵਿੱਚ ਲਾਰਡ ਮਾਊਂਟ ਬੈਟਨ ਦੇ ਨਾਲ ਐਨ ਸੱਜੇ ਪਾਸੇ ਬੈਠੇ ਹਨ ਭਾਰਤ ਦੀ ਅੰਤਰਿਮ ਸਰਕਾਰ ਦੇ ਉਪ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ। ਨਹਿਰੂ 19 ਦਿਨੀ ਪ੍ਰਧਾਨ ਮੰਤਰੀ ਦੀ ਹੈਸੀਅਤ ਰੱਖਦੇ ਸੀ। ਉਹਨਾਂ ਨਾਲ ਸੱਜੇ ਪਾਸੇ ਸ੍ਰੀ ਵੱਲਭ ਭਾਈ ਪਟੇਲ ਹਨ। ਇਹਨਾਂ ਕੋਲ ਹੋਮ ਮਿਨਿਸਟਰ ਦੀ ਹੈਸੀਅਤ ਸੀ। ਇਹਨਾਂ ਦੇ ਨਾਲ ਆਚਾਰੀਆ ਜੇ ਬੀ ਕ੍ਰਿਪਲਾਨੀ ਹਨ। ਇਹ ਉਸ ਸਮੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ। ਇਹਨਾਂ ਦੇ ਨਾਲ ਬੈਠੇ ਹਨ ਸਰਦਾਰ ਬਲਦੇਵ ਸਿੰਘ। ਇਹ ਅਕਾਲੀ ਦਲ ਦੇ ਵਾਹਿਦ ਨੁਮਾਇੰਦੇ ਸਨ। ਇਹ ਅੰਤਰਿਮ ਸਰਕਾਰ ਵਿੱਚ ਰੱਖਿਆ ਮੰਤਰੀ ਦੀ ਹੈਸੀਅਤ ਰੱਖਦੇ ਸਨ। ਸਿੱਖ ਕੌਮ ਦੀ ਮੌਜੂਦਾ ਦੁਰਦਸ਼ਾ ਲਈ ਇਹ ਸਭ ਤੋਂ ਵੱਧ ਜ਼ਿੰਮੇਵਾਰ ਸ਼ਖਸ ਹਨ। ਬਲਦੇਵ ਸਿੰਘ ਦੇ ਨਾਲ ਸੱਜੇ ਪਾਸੇ ਬੈਠੇ ਹਨ ਅਬਦੁਲ ਰੱਬ ਨਿਸਤਾਰ। ਇਹ ਮੁਸਲਿਮ ਲੀਗ ਦੇ ਸੀਨੀਅਰ ਆਗੂ ਅਤੇ ਅੰਤਰਿਮ ਸਰਕਾਰ ਦੇ ਮੈਂਬਰ ਸਨ। ਮਾਊਂਟ ਬੈਟਨ ਦੇ ਖੱਬੇ ਪਾਸੇ ਬੈਠੇ ਹਨ ਮੁਹੰਮਦ ਅਲੀ ਜਨਾਹ। ਇਹ ਉਸ ਸਮੇਂ ਮੁਸਲਿਮ ਲੀਗ ਦੇ ਪ੍ਰਧਾਨ ਸਨ। ਕਿਹਾ ਜਾਂਦਾ ਹੈ ਕਿ ਜਨਾਹ ਨੂੰ 1945 ਵਿੱਚ ਉਹਨਾਂ ਦੇ ਨਿੱਜੀ ਡਾਕਟਰ ਨੇ ਦੱਸ ਦਿੱਤਾ ਸੀ ਕਿ ਤੁਹਾਨੂੰ ਆਖਰੀ ਸਟੇਜ ਦੀ ਟੀਵੀ ਹੈ। ਜਨਾਹ ਨੇ ਇਸ ਰਾਜ ਨੂੰ ਰਾਜ ਬਣਾ ਕੇ ਰੱਖਿਆ। ਆਪਣੀ ਬਿਮਾਰੀ ਅਤੇ ਇਲਾਜ ਤੋਂ ਬੇਪਰਵਾਹ ਲਗਾਤਾਰ ਆਪਣੀ ਕੌਮ ਦੇ ਕੌਮੀ ਘਰ ਲਈ ਲੜਦੇ ਰਹੇ। ਜੇ ਲਾਰਡ ਮਾਊਂਟ ਬੈਟਨ, ਪੰਡਿਤ ਨਹਿਰੂ ਜਾਂ ਗਾਂਧੀ ਵਿੱਚੋਂ ਕਿਸੇ ਇੱਕ ਨੂੰ ਵੀ ਮਿਸਟਰ ਜਨਾਹ ਦੀ ਇਸ ਬਿਮਾਰੀ ਬਾਰੇ ਪਤਾ ਲੱਗ ਜਾਂਦਾ ਤਾਂ ਸ਼ਾਇਦ ਪਾਕਿਸਤਾਨ ਦੀ ਮੰਗ ਨਾ ਮੰਨੀ ਜਾਂਦੀ, ਕਿਉਂਕਿ ਮੁਸਲਿਮ ਲੀਗ ਕੋਲ ਜਨਾਹ ਵਰਗਾ ਕਾਬਲ ਕੋਈ ਦੂਜਾ ਆਗੂ ਨਹੀਂ ਸੀ। ਜਨਾਹ ਦੇ ਐਨ ਖੱਬੇ ਪਾਸੇ ਬੈਠੇ ਹਨ ਲਿਆਕਤ ਅਲੀ ਖਾਨ। ਇਹ ਅੰਤਰਿਮ ਸਰਕਾਰ ਵਿੱਚ ਵਿੱਤ ਮੰਤਰੀ ਦੀ ਹੈਸੀਅਤ ਰੱਖਦੇ ਸਨ। ਇਹ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਵੀ ਬਣੇ। ਮੇਜ਼ ਦੇ ਪਿੱਛੇ ਖੱਬੇ ਪਾਸੇ ਵਾਇਸਰਾਏ ਦੇ ਮੁੱਖ ਸਲਾਹਕਾਰ ਸਰ ਐਰਿਕ ਮੈਵਲੇ ਅਤੇ ਦੂਸਰੇ ਸ਼ਖਸ ਜਨਰਲ ਲਾਰਡ ਇਸਮੇ ਹਨ, ਜੋ ਵਾਇਸਰਾਏ ਦੇ ਚੀਫ ਆਫ ਸਟਾਫ ਸਨ। ਇਸ ਮੁਲਾਕਾਤ ਵਿੱਚ ਬੀ ਪੀ ਮੈਨਨ ਸ਼ਾਮਲ ਨਹੀਂ ਹਨ। ਹਾਲਾਂਕਿ ਜਿਸ ਯੋਜਨਾ 'ਤੇ ਅੱਜ ਗੱਲਬਾਤ ਹੋਣ ਜਾ ਰਹੀ ਸੀ, ਇਸ ਪਿੱਛੇ ਦਿਮਾਗ ਮੈਨਨ ਦਾ ਹੀ ਸੀ।
ਮਾਊਂਟਬੈਟਨ ਨੇ ਗੱਲਬਾਤ ਸ਼ੁਰੂ ਕਰਦਿਆਂ ਕਿਹਾ ਕਿ ਮੈਂ 2 ਦਿਨ ਪਹਿਲਾਂ ਹੀ ਲੰਡਨ ਤੋਂ ਭਾਰਤ ਦੀ ਆਜ਼ਾਦੀ ਅਤੇ ਬਟਵਾਰੇ ਨਾਲ ਸੰਬੰਧਿਤ ਇਸ ਯੋਜਨਾ ਨੂੰ ਮਨਜ਼ੂਰ ਕਰਵਾ ਕੇ ਵਾਪਸ ਪਰਤਿਆ ਹਾਂ। ਉਹਨਾਂ ਸਾਰੀਆਂ ਪਾਰਟੀਆਂ ਨੂੰ ਇਸ ਯੋਜਨਾ ਬਾਰੇ ਰਾਇ ਦੇਣ ਲਈ ਆਖਿਆ। ਸਾਰੇ ਲੀਡਰਾਂ ਨੇ ਬੇਨਤੀ ਕੀਤੀ ਕਿ ਉਹਨਾਂ ਦੀਆਂ ਪਾਰਟੀਆਂ ਦੀ ਮਨਜ਼ੂਰੀ ਤੋਂ ਪਹਿਲਾਂ ਇਸ ਯੋਜਨਾ ਨੂੰ ਜਨਤਕ ਨਾ ਕੀਤਾ ਜਾਵੇ। ਕਾਂਗਰਸ ਵਰਕਿੰਗ ਕਮੇਟੀ ਨੇ ਇਸ ਯੋਜਨਾ ਨੂੰ ਉਸੇ ਰਾਤ ਮਨਜ਼ੂਰੀ ਦੇ ਦਿੱਤੀ। ਜਿਨ੍ਹਾਂ ਨੇ ਲੀਗ ਕੌਂਸਲ ਦੇ ਕੁਝ ਮੈਂਬਰਾਂ ਨਾਲ ਸਲਾਹ ਕਰਕੇ ਉਸੇ ਸਮੇਂ ਹਾਮੀ ਭਰ ਦਿੱਤੀ। ਜਿਨ੍ਹਾਂ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਸੀ ਕਿ ਜੇ ਲੋੜ ਪਈ ਤਾਂ ਮੁਸਲਮਾਨ ਇੱਕ ਟਾਈਮ ਦੀ ਰੋਟੀ ਖਾ ਕੇ ਗੁਜ਼ਾਰਾ ਕਰ ਲੈਣਗੇ ਪਰ ਪਾਕਿਸਤਾਨ ਜ਼ਰੂਰ ਲੈਣਗੇ। ਇਹਨਾਂ ਦੋਵਾਂ ਵੱਲੋਂ ਹਾਮੀ ਭਰਨ ਦੇ ਕਾਰਨ ਸਮਝ ਆਉਂਦੇ ਹਨ ਕਿਉਂਕਿ ਦੋਵਾਂ ਨੂੰ ਕੁਝ ਨਾ ਕੁਝ ਮਿਲ ਰਿਹਾ ਸੀ। ਪਰ ਸਭ ਤੋਂ ਵੱਧ ਹੈਰਾਨੀ ਸਰਦਾਰ ਬਲਦੇਵ ਸਿੰਘ 'ਤੇ ਸੀ। ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ। ਦ ਵਾਇਸਰਾਏ ਟ੍ਰਾਂਸਫਰ ਆਫ ਪਾਵਰ ਵਿੱਚ ਦਰਜ ਹੈ ਕਿ ਸਿੱਖ ਨੁਮਾਇੰਦੇ ਵੱਲੋਂ ਕੀਤੀ ਨਾਂਹ ਨੇ ਸਾਰੀ ਸਥਿਤੀ ਹੀ ਬਦਲ ਕੇ ਰੱਖ ਦੇਣੀ ਸੀ। ਵਾਇਸਰਾਏ ਨੇ ਆਖਿਆ ਕਿ ਤਜਵੀਜ਼ਾਂ ਨੂੰ ਅਮਲੀ ਰੂਪ ਕੇਵਲ ਉਸ ਹਾਲਤ ਵਿੱਚ ਹੀ ਦਿੱਤਾ ਜਾਏਗਾ ਜਦ ਸਾਰੀਆਂ ਪਾਰਟੀਆਂ ਦੇ ਲੀਡਰ ਉਹਨਾਂ ਤਜਵੀਜ਼ਾਂ ਨਾਲ ਸਹਿਮਤ ਹੋਣਗੇ। ਪਰ ਬਲਦੇਵ ਸਿੰਘ ਨੇ ਸਿੱਖਾਂ ਵੱਲੋਂ ਹਾਂ ਕਰ ਦਿੱਤੀ। ਆਪਣੀ ਕਿਤਾਬ ਲਾਸਟ ਡੇਜ਼ ਆਫ ਬ੍ਰਿਟਿਸ਼ ਰਾਜ ਵਿੱਚ ਮਿਸਟਰ ਮੋਸਲੇ ਜ਼ਿਕਰ ਕਰਦੇ ਹਨ ਕਿ ਬਲਦੇਵ ਸਿੰਘ ਨੂੰ ਇਸ ਗੱਲ ਦੀ ਉੱਕਾ ਹੀ ਕੋਈ ਜਾਣਕਾਰੀ ਨਹੀਂ ਸੀ ਕਿ ਜਲਦੀ ਹੀ ਉਹ ਉਸ ਸੈਂਡਵਿਚ ਵਿੱਚ ਮੀਟ ਬਣਨ ਵਾਲਾ ਸੀ ਜਿਹੜੀ ਉਦੋਂ ਕੱਟੀ ਜਾ ਰਹੀ ਸੀ। ਉਸੇ ਰਾਤ ਬਲਦੇਵ ਸਿੰਘ ਨੇ ਲਾਰਡ ਮਾਊਂਟਬੈਟਨ ਨੂੰ ਇੱਕ ਚਿੱਠੀ ਵੀ ਲਿਖੀ। ਮੈਂਬਰ ਆਫ ਕੌਂਸਲ ਡਿਫੈਂਸ ਦੀ ਮੋਹਰ ਨਾਲ ਜਾਰੀ ਕੀਤੀ ਗਈ ਇਸ ਚਿੱਠੀ ਵਿੱਚ ਬਲਦੇਵ ਸਿੰਘ ਨੇ ਲਿਖਿਆ ਕਿ ਕੱਲ੍ਹ ਨੂੰ ਸਰਕਾਰ ਵੱਲੋਂ ਪੇਸ਼ ਕੀਤੀ ਜਾਣ ਵਾਲੀ ਯੋਜਨਾ ਜਿਸ ਦੀ ਇੱਕ ਕਾਪੀ ਤੁਸੀਂ ਅੱਜ ਸਵੇਰੇ ਮੈਨੂੰ ਦਿੱਤੀ ਸੀ ਉਸ ਬਾਰੇ ਮੈਂ ਸਿੱਖ ਲੀਡਰਾਂ ਨਾਲ ਗੱਲ ਕੀਤੀ ਹੈ। ਧਿਆਨਯੋਗ ਹੈ ਕਿ ਬਲਦੇਵ ਸਿੰਘ ਇਸ ਗੱਲਬਾਤ ਤੋਂ ਪਹਿਲਾਂ ਹੀ ਸਿੱਖਾਂ ਵੱਲੋਂ ਇਸ ਪ੍ਰਪੋਜ਼ਲ ਲਈ ਹਾਮੀ ਭਰ ਚੁੱਕੇ ਸਨ। ਬਲਦੇਵ ਸਿੰਘ ਅੱਗੇ ਲਿਖਦੇ ਹਨ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇੱਕ ਕੌਮ ਵਜੋਂ ਅਖੰਡ ਭਾਰਤ ਦੇ ਹਾਮੀ ਰਹੇ ਹਾਂ ਪਰ ਮੈਂ ਤੁਹਾਨੂੰ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਹਾਲ ਹੀ ਵਿੱਚ ਜੋ ਘਟਨਾਵਾਂ ਪੱਛਮੀ ਪੰਜਾਬ ਵਿੱਚ ਹੋਈਆਂ ਹਨ ਇਹ ਇਸ ਗੱਲ ਨੂੰ ਸਾਬਤ ਕਰਦੀਆਂ ਹਨ ਕਿ ਮੁਸਲਿਮ ਹਕੂਮਤ ਦੇ ਥੱਲੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਮੈਂ ਅਤੇ ਮੇਰੇ ਸਿੱਖ ਮਿੱਤਰ ਪੰਜਾਬ ਦੀ ਵੰਡ ਦੇ ਸਿਧਾਂਤ ਨੂੰ ਮਨਜ਼ੂਰ ਕਰਨ ਲਈ ਤੁਹਾਡੀ ਸ਼ਲਾਘਾ ਕਰਦੇ ਹਾਂ। ਇਸੇ ਦਿਨ ਯਾਨੀ 2 ਜੂਨ ਸ਼ਾਮ ਨੂੰ ਮਾਊਂਟਬੈਟਨ ਵੱਖਰੇ ਤੌਰ 'ਤੇ ਮਿਸਟਰ ਗਾਂਧੀ ਨੂੰ ਵੀ ਮਿਲੇ। 2 ਜੂਨ ਨੂੰ ਸੋਮਵਾਰ ਸੀ। ਆਮ ਤੌਰ 'ਤੇ ਗਾਂਧੀ ਦਾ ਸੋਮਵਾਰ ਦਾ ਮੌਨ ਵਰਤ ਹੁੰਦਾ ਸੀ ਪਰ ਵਾਇਸਰਾਏ ਨੇ ਗਾਂਧੀ ਤੋਂ ਇਸ ਪਲਾਨ ਲਈ ਸਹਿਮਤੀ ਲੈਣੀ ਸੀ ਕਿਉਂਕਿ ਅਗਲੇ ਦਿਨ ਇਸ ਪਲਾਨ ਦਾ ਲੰਡਨ ਤੋਂ ਜਨਤਕ ਐਲਾਨ ਕੀਤਾ ਜਾਣਾ ਲਗਭਗ ਤੈਅ ਹੋ ਚੁੱਕਿਆ ਸੀ। ਲਾਰਡ ਮਾਊਂਟਬੈਟਨ ਅਤੇ ਉਸ ਦੀ ਪਤਨੀ ਐਡਵੀਨਾ ਮਾਊਂਟਬੈਟਨ ਗਾਂਧੀ ਨੂੰ ਮਿਲੇ। ਗਾਂਧੀ ਨੇ ਇੱਕ ਕਾਗਜ਼ ਦੇ ਟੁਕੜੇ 'ਤੇ ਪੈਨਸਲ ਨਾਲ ਲਿਖ ਕੇ ਮਾਊਂਟਬੈਟਨ ਦੇ ਸਵਾਲਾਂ ਦਾ ਜਵਾਬ ਦਿੱਤਾ। ਗਾਂਧੀ ਨੇ ਲਿਖਿਆ, ਆਈ ਐਮ ਸੋਰੀ ਆਈ ਕਾਂਟ ਸਪੀਕ ਵੈਨ ਆਈ ਟੁੱਕ ਦਾ ਡਿਸੀਜਨ ਅਬਾਊਟ ਦਾ ਮੰਡੇ ਸਾਇਲੈਂਸ ਆਈ ਡਿਡ ਰਿਜ਼ਰਵ 2 ਐਕਸੈਪਸ਼ਨਸ ਅਬਾਊਟ ਸਪੀਕਿੰਗ ਟੂ ਹਾਈ ਫੰਕਸ਼ਨਰੀਜ ਐਂਡ ਅਰਜੈਂਟ ਮੈਟਰਸ ਔਰ ਅਟੈਂਡਿੰਗ ਅਪੋਨ ਸਿੱਕ ਪੀਪਲ। ਗਾਂਧੀ ਨੇ 3 ਪੇਪਰਾਂ 'ਤੇ ਲਿਖਿਆ ਸੀ ਜਿਨ੍ਹਾਂ ਵਿੱਚੋਂ ਸਾਨੂੰ 1 ਪ੍ਰਾਪਤ ਹੋ ਸਕਿਆ ਹੈ ਪਰ ਉਹਨੇ ਲਿਖਿਆ ਕੀ ਸੀ ਇਹ ਸਾਰਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਮਾਫ਼ ਕਰਨਾ, ਮੈਂ ਬੋਲ ਨਹੀਂ ਸਕਦਾ। ਜਦੋਂ ਮੈਂ ਆਪਣੇ ਸੋਮਵਾਰ ਦੇ ਮੌਨ ਵਰਤ ਦਾ ਫੈਸਲਾ ਲੈਂਦਾ ਹਾਂ ਤਾਂ ਇਸ ਵਿੱਚ 2 ਛੋਟਾਂ ਰਾਖਵੀਆਂ ਰੱਖਦਾ ਹਾਂ। ਜਾਂ ਤਾਂ ਕਿਸੇ ਉੱਚ ਅਧਿਕਾਰੀ ਨਾਲ ਕਿਸੇ ਜ਼ਰੂਰੀ ਮਸਲੇ 'ਤੇ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਬਿਮਾਰ ਵਿਅਕਤੀ ਨੂੰ ਮਿਲਣਾ ਹੋਵੇ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਚੁੱਪ ਤੋੜਨਾ ਨਹੀਂ ਚਾਹੋਗੇ। ਕੀ ਮੇਰੇ ਭਾਸ਼ਣਾਂ ਦੌਰਾਨ ਮੈਂ ਕੋਈ ਵੀ ਲਫ਼ਜ਼ ਤੁਹਾਡੇ ਖਿਲਾਫ਼ ਬੋਲਿਆ ਹੈ? ਜੇ ਤੁਸੀਂ ਮੰਨਦੇ ਹੋ ਕਿ ਮੈਂ ਅਜਿਹਾ ਨਹੀਂ ਕੀਤਾ ਤਾਂ ਇਹ ਮੇਰੇ ਲਈ ਕਾਫ਼ੀ ਹੈ। ਇੱਥੇ ਮੈਂ 1-2 ਗੱਲਾਂ ਜ਼ਰੂਰ ਕਰਨੀਆਂ ਚਾਹਾਂਗਾ ਪਰ ਅੱਜ ਨਹੀਂ। ਜਦ ਅਸੀਂ 1-2 ਨੂੰ ਦੁਬਾਰਾ ਮਿਲੇ ਤਾਂ ਮੈਂ ਬੋਲਾਂਗਾ। ਮਾਊਂਟਬੈਟਨ ਲਈ ਸਾਰੇ ਰਾਹ ਪੱਧਰੇ ਸਨ। ਅਗਲੇ ਦਿਨ 3 ਜੂਨ 1947 ਨੂੰ ਇਸ ਯੋਜਨਾ ਦਾ ਜਨਤਕ ਤੌਰ 'ਤੇ ਐਲਾਨ ਕੀਤਾ ਗਿਆ। ਇਸ ਨੂੰ 3 ਜੂਨ ਪਲਾਨ ਜਾਂ ਮਾਊਂਟਬੈਟਨ ਪਲਾਨ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸ ਵਿੱਚ ਪਹਿਲਾ ਵੱਡਾ ਐਲਾਨ ਇਹ ਸੀ ਕਿ ਭਾਰਤ ਦੀ ਆਜ਼ਾਦੀ ਦੀ ਤਾਰੀਖ ਜੂਨ 1948 ਦੀ ਬਜਾਏ ਹੁਣ 15 ਅਗਸਤ 1947 ਦੱਸੀ ਗਈ। ਜਿਸ ਖਿੱਤੇ 'ਤੇ ਅੰਗਰੇਜ਼ਾਂ ਨੇ ਤਕਰੀਬਨ 250 ਸਾਲ ਰਾਜ ਕੀਤਾ ਸੀ ਉਸਨੂੰ ਛੱਡਣ ਦੀਆਂ ਤਿਆਰੀਆਂ ਲਈ ਸਿਰਫ 73 ਦਿਨ ਦਾ ਸਮਾਂ ਮਿੱਥਿਆ ਗਿਆ ਸੀ। ਵਾਇਸਰਾਏ ਮੁਤਾਬਕ ਜ਼ਿਆਦਾ ਵਕਤ ਦਾ ਮਤਲਬ ਫਿਰਕੂ ਮਾਹੌਲ ਨੂੰ ਜ਼ਿਆਦਾ ਸਮਾਂ ਬਰਦਾਸ਼ਤ ਕਰਨਾ ਸੀ। 3 ਜੂਨ ਸ਼ਾਮ ਨੂੰ ਮਾਊਂਟਬੈਟਨ, ਨਹਿਰੂ, ਜਿਨਾਹ ਅਤੇ ਬਲਦੇਵ ਸਿੰਘ ਨੇ ਆਲ ਇੰਡੀਆ ਰੇਡੀਓ ਤੋਂ ਇਸ ਪਲਾਨ ਬਾਰੇ ਲੋਕਾਂ ਨੂੰ ਸੰਬੋਧਨ ਕੀਤਾ।
A statement will be read to you tonight, giving the final decision of His Majesty's government as to the method by which power will be transferred from British to Indian hands. I must earnestly appeal to every community, and particularly to Muslim India, to maintain peace and order. इस प्लान मुताबिक पंजाब ते बंगाल विधानसभावां दे सिख हिंदू अते मुसलमान मैंबरां ने वोटां राही इह दसणा सी कि उह अपने राज्यां दा बंटवारा चाहुंदे हन जां नहीं। सिंध अते बलोचिस्तान ने अपना फैसला आप करना सी। नॉर्थ वैसट फ्रंटियर प्रोविंस अते असाम दे साहिलहिट जिले नूं रेफरेंडम दा अधिकार दित्ता गया। कांग्रेस ने नॉर्थ वैसट फ्रंटियर प्रोविंस दे रेफरेंडम दा बाइकॉट कर दिता। बाद विच इह पाकिस्तान विच शामिल हो गया। इस प्लान की आखिरी मद सी कि बंटवारे की मंग की सूरत विच एक बाउंड्री कमीशन नियुक्त किया जाएगा। अगले दिन 4 जून नूं द टाइम्स अखबार ने इस प्लान सिखां दी पोजीशन अते इंडियन स्टेट्स बारे विस्थार नाल दस्या। एक होर अखबार द डेली हेराल्ड ने पंजाब अते बंगाल के संभावित बंटवारे का नक्शा भी छापिया। 23 जून नूं पंजाब विधानसभा ने पंजाब के बंटवारे के पक्ष विच फैसला कर दिता। सूबे के सबका मुख्यमंत्री खिजर हयात खान टिवाणा और यूनियनिस्ट पार्टी के होर मैंबर ने मुस्लिम लीग के हक में जानी बंटवारे के खिलाफ वोटा पाइया। इतने दसना बनता है कि ये दोवें पार्टियां एक दूजे दी राजसी विरोधी रही सन। सरदार बलदेव सिंह 1942 इसे यूनियनिस्ट पार्टी की सरकार विच मंत्री बने सन। पंजाब असैम्बली के 32 सिख मैंबर हिंदू कांग्रेस के मैंबर ने बंटवारे के हक में वोटा पाइया। हुण बंटवारा तय सी ते हदबंदी कमिशन दा बनना भी लाजमी सी। सिख मैंबरां ने हदबंदी कमिशन दे नाम एक पत्र भी लिखिया, जिस विच हद्दां मिथन वेले आबादी तो इलावा होर कारणां नूं ध्यान विच रखण लई कहा गया। इह होर कारण सन धार्मिक अस्थान अते जमीनां दी मालकी। इस विच इह भी मंग कीती गई कि पूर्वी पंजाब दी हद चिनाब दरिया तक रखी जावे तां जो 90% सिख आबादी इकट्ठी बच सके। माउंटबैटन प्लान के जनतक ऐलान तो बाद अंग्रेज प्रशासकीय अधिकारी पेंडल मून ने अकाली लीडर नाल दोबारा संपर्क किया अते सुझाव दिता कि सिखां नूं पाकिस्तान विच मुसलमानां दे नाल रल के पाकिस्तान का हिस्सा बन जाना चाहिए है तां जो पंजाब दे बंटवारे की लोड़ ना पवे। जून के अखीर विच पेंडल मून ने वायसराय के चीफ ऑफ स्टाफ लॉर्ड इसमे नूं पत्र लिखिया कि मुस्लिम लीग अते अकाली दल विचकार समझौते दीआं संभावनावां दोबारा तलाशिया जा सिख कौम के भविख संबंधी जरूरी सुरक्षा मुहैया करवा के पूरे पंजाब पाकिस्तान में शामिल करवा दिता जाए। लॉर्ड इसमे ने मून वापस जवाब दिता कि बलदेव सिंह कुछ चिर पहला वायसराय को मिले हैं। उसने दसिया कि इस तरह की कोई संभावना नहीं दिसदी कि बड़िया पार्टियां लीग और कांग्रेस सिखा कोई रियायत देन। कुछ स्रोतों तो पता लगता है कि अकाली आगू ज्ञानी करतार सिंह पाकिस्तान नाल मिलन दे खिलाफ नहीं सन, बशर्ते के शर्तां लिखती रूप विच मन लईआं जाण। लिखती रूप वाली गल वजनदार तां सी, पर हैरानी दी गल इह सी कि कांग्रेस पार्टी जां नेहरू गांधी कोलों कुछ भी लिखती रूप विच नहीं लिया गया। आजादी हौली हौली मिलनी शुरू हो गई सी। ਬਰਤਾਨੀਆ ਸਰਕਾਰ ਨੇ ਬਰਤਾਨੀਆ ਦੇ ਇੱਕ ਨਾਮੀ ਵਕੀਲ ਸਰ ਸਿਰਲ ਰੈਡਕਲਿਫ ਨੂੰ ਹੱਦਬੰਦੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ। ਮਿਸਟਰ ਰੈਡਕਲਿਫ ਦੂਜੀ ਸੰਸਾਰ ਜੰਗ ਦੌਰਾਨ ਬ੍ਰਿਟਿਸ਼ ਫੌਜ ਵਿੱਚ ਤਾਇਨਾਤ ਕੀਤੇ ਗਏ ਸਨ, ਪਰ ਕਮਜ਼ੋਰ ਨਿਗਾਹ ਦੀ ਵਜ੍ਹਾ ਕਰਕੇ ਉਹਨਾਂ ਦਾ ਤਬਾਦਲਾ ਲੇਬਰ ਡਿਪਾਰਟਮੈਂਟ ਕਰ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਕਮਜ਼ੋਰ ਨਿਗਾਹ ਵਾਲੇ ਸ਼ਖਸ ਨੂੰ ਬਹੁਤ ਹੀ ਬਰੀਕੀ ਕੰਮ ਦਿੱਤਾ ਗਿਆ ਸੀ। ਪੰਜਾਬ ਅਤੇ ਬੰਗਾਲ ਦੇ ਦੋ ਨਕਸ਼ੇ ਕੰਧ ਉੱਪਰ ਟੰਗੇ ਹੋਏ ਸਨ। ਮਿਸਟਰ ਰੈਡਕਲਿਫ ਨੇ ਦੋਹਾਂ ਸੂਬਿਆਂ ਵਿਚਕਾਰ ਬਟਵਾਰੇ ਦੀ ਲਾਈਨ ਖਿੱਚਣੀ ਸੀ। ਮਿਸਟਰ ਰੈਡਕਲਿਫ ਪਹਿਲਾਂ ਕਦੀ ਵੀ ਭਾਰਤ ਨਹੀਂ ਆਏ ਸਨ। ਉਹਨਾਂ ਨੂੰ ਜ਼ਮੀਨੀ ਹਾਲਾਤਾਂ ਦੀ ਉੱਕਾ ਹੀ ਕੋਈ ਜਾਣਕਾਰੀ ਨਹੀਂ ਸੀ। ਰੈਡਕਲਿਫ 8 ਜੁਲਾਈ 1947 ਨੂੰ ਭਾਰਤ ਆਏ। ਉਹਨਾਂ ਕੋਲ ਹੱਦਾਂ ਨਿਸ਼ਚਿਤ ਕਰਨ ਲਈ 15 ਅਗਸਤ ਤੱਕ ਸਿਰਫ 36 ਦਿਨ ਬਚੇ ਸਨ। ਪੰਜਾਬ ਅਤੇ ਬੰਗਾਲ ਲਈ ਦੋ ਵੱਖਰੇ ਹੱਦਬੰਦੀ ਕਮਿਸ਼ਨ ਬਣਾਏ ਗਏ। ਸਰ ਰੈਡਕਲਿਫ ਇਹਨਾਂ ਦੋਨਾਂ ਕਮਿਸ਼ਨਾਂ ਦੇ ਚੇਅਰਮੈਨ ਰਹੇ। ਬੰਗਾਲ ਬਾਉਂਡਰੀ ਕਮਿਸ਼ਨ ਵਿੱਚ ਸਰ ਰੈਡਕਲਿਫ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਜਸਟਿਸ ਸੀ ਸੀ ਵਿਸ਼ਵਾਸ ਅਤੇ ਬੀ ਕੇ ਮੁਖਰਜੀ ਅਤੇ ਮੁਸਲਿਮ ਲੀਗ ਵੱਲੋਂ ਆਬੂ ਸਲੇ ਮੁਹੰਮਦ ਅਕਰਮ ਅਤੇ ਐਸ ਏ ਰਹਿਮਾਨ ਸ਼ਾਮਲ ਹੋਏ। ਪੰਜਾਬ ਹੱਦਬੰਦੀ ਕਮਿਸ਼ਨ ਵਿੱਚ ਕਾਂਗਰਸ ਵੱਲੋਂ ਜਸਟਿਸ ਮਿਹਰ ਚੰਦ ਮਹਾਜਨ
ਅਤੇ ਜਸਟਿਸ ਤੇਜਾ ਸਿੰਘ ਅਤੇ ਮੁਸਲਿਮ ਲੀਗ ਵੱਲੋਂ ਜਸਟਿਸ ਦੀਨ ਮੁਹੰਮਦ ਅਤੇ ਮੁਹੰਮਦ ਮੁਨੀਰ ਸ਼ਾਮਲ ਕੀਤੇ ਗਏ। ਕੁਝ ਇਸ ਤਰ੍ਹਾਂ ਦੀਆਂ ਅਫਵਾਹਾਂ ਵੀ ਸਨ ਕਿ ਜਸਟਿਸ ਤੇਜਾ ਸਿੰਘ ਦੀ ਪਤਨੀ ਅਤੇ ਦੋ ਬੱਚੇ ਮਾਰਚ 1947 ਵਿੱਚ ਰਾਵਲਪਿੰਡੀ ਵਿੱਚ ਹੋਏ ਦੰਗਿਆਂ ਦੌਰਾਨ ਮਾਰੇ ਗਏ, ਪਰ ਇਸ ਗੱਲ ਦੇ ਕੋਈ ਪੁਖਤਾ ਤੱਥ ਮੌਜੂਦ ਨਹੀਂ ਹਨ। 18 ਜੁਲਾਈ 1947 ਨੂੰ ਬ੍ਰਿਟਿਸ਼ ਸੰਸਦ ਵਿੱਚ ਕੈਬਨਿਟ ਦੀ ਮਨਜ਼ੂਰੀ ਲਈ ਇੰਡੀਅਨ ਇੰਡੀਪੈਂਡੈਂਸ ਐਕਟ 1947 ਪੇਸ਼ ਕੀਤਾ ਗਿਆ। ਰਸਮੀ ਚਰਚਾ ਤੋਂ ਬਾਅਦ ਇਸ ਨੂੰ ਉਸੇ ਦਿਨ ਮਨਜ਼ੂਰ ਕਰ ਲਿਆ ਗਿਆ। ਇਸ ਐਕਟ ਮੁਤਾਬਕ ਦੋ ਨਵੇਂ ਦੇਸ਼ ਇੰਡੀਆ ਅਤੇ ਪਾਕਿਸਤਾਨ ਬਣਨਗੇ। ਪਾਕਿਸਤਾਨ 14 ਅਗਸਤ ਅਤੇ ਭਾਰਤ 15 ਅਗਸਤ ਨੂੰ ਹੋਂਦ ਵਿੱਚ ਆਵੇਗਾ। ਬਰਤਾਨੀਆ ਸਰਕਾਰ ਸਾਰੀਆਂ ਸ਼ਕਤੀਆਂ ਇਹਨਾਂ ਨੂੰ ਸੌਂਪ ਦੇਵੇਗੀ। ਬਾਉਂਡਰੀ ਕਮਿਸ਼ਨ ਪੰਜਾਬ ਅਤੇ ਬੰਗਾਲ ਪ੍ਰਾਂਤਾਂ ਦੀਆਂ ਸਰਹੱਦਾਂ ਨਿਰਧਾਰਿਤ ਕਰੇਗਾ। ਇਹ ਐਕਟ ਦੋਵਾਂ ਦੇਸ਼ਾਂ ਨੂੰ ਆਪਣੇ ਸਤਿਕਾਰ ਸੰਵਿਧਾਨ ਘੜਨ ਦੀਆਂ ਸ਼ਕਤੀਆਂ ਵੀ ਪ੍ਰਦਾਨ ਕਰਦਾ ਹੈ। ਪੰਜਾਬ ਦੀ ਭੂਗੋਲਿਕ ਵੰਡ ਕਰਨ ਲਈ ਆਬਾਦੀ ਨੂੰ ਮੁੱਖ ਤੱਤ ਮੰਨਿਆ ਜਾਣਾ ਸੀ। 1941 ਦੀ ਮਰਦਮਸ਼ੁਮਾਰੀ ਦੇ ਅੰਕੜੇ ਸਿੱਖ ਕੌਮ ਲਈ ਚੰਗੇ ਨਹੀਂ ਸਨ। ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 53.2% ਮੁਸਲਮਾਨ ਫਿਰਕੇ ਦੇ ਲੋਕ ਸਨ, 29.1% ਹਿੰਦੂ ਸਨ, ਕੇਵਲ 14.9% ਸਿੱਖ ਸਨ, 1.5% ਈਸਾਈ ਅਤੇ ਬਾਕੀ ਹੋਰਨਾਂ ਦੀ ਆਬਾਦੀ 1.3% ਸੀ। ਵੰਡ ਦੇ ਘੇਰੇ ਵਿੱਚ ਕੁੱਲ ਸਰਕਾਰੀ ਸੰਪਤੀ, ਬ੍ਰਿਟਿਸ਼ ਇੰਡੀਅਨ ਆਰਮੀ, ਰੇਲਵੇ ਅਤੇ ਇੰਡੀਅਨ ਸਿਵਲ ਸਰਵਿਸਿਜ਼ ਵੀ ਸ਼ਾਮਲ ਸਨ। ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ ਗਾਂਧੀ, ਨਹਿਰੂ ਅਤੇ ਪਟੇਲ ਦੀ ਤਿਕੜੀ ਲਈ ਵੱਡੀ ਸਮੱਸਿਆ ਭਾਰਤ ਬਿਜਲੀਆਂ ਸ਼ਾਹੀ ਰਿਆਸਤਾਂ ਨਾਲ ਸਿੱਝਣਾ ਸੀ। ਇਹਨਾਂ ਰਿਆਸਤਾਂ ਦੀ ਗਿਣਤੀ 662 ਦੇ ਕਰੀਬ ਸੀ। ਰਿਆਸਤਾਂ ਦੇ ਬਹੁਤੇ ਰਾਜੇ ਹਿੰਦੂ ਸਨ। ਇਹਨਾਂ ਦੀ ਪਾਕਿਸਤਾਨ ਨਾਲ ਰਲਣ ਦੀ ਕੋਈ ਸੰਭਾਵਨਾ ਨਹੀਂ ਸੀ, ਪਰ ਕਾਂਗਰਸ ਦਾ ਡਰ ਇਹ ਸੀ ਕਿ ਇਹ ਰਿਆਸਤਾਂ ਆਪਣੇ ਆਪ ਨੂੰ ਸੁਤੰਤਰ ਰਾਜ ਨਾ ਐਲਾਨ ਦੇਣ। ਇਹਨਾਂ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਵਾਉਣ ਲਈ ਸ਼ਾਮ, ਦਾਮ, ਦੰਡ ਅਤੇ ਭੇਦ ਦੀ ਵਰਤੋਂ ਕੀਤੀ ਗਈ। ਜੁਲਾਈ 1946 ਵਿੱਚ ਨਹਿਰੂ ਨੇ ਇੱਕ ਬਿਆਨ ਦਿੰਦਿਆਂ ਕਿਹਾ ਸੀ ਕਿ ਭਾਰਤੀ ਫੌਜ ਦੇ ਬਰਾਬਰ ਕਿਸੇ ਵੀ ਰਿਆਸਤ ਨੂੰ ਫੌਜ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਜਨਵਰੀ 1947 ਵਿੱਚ ਕਿਹਾ ਗਿਆ ਕਿ ਰਾਜਿਆਂ ਦੇ ਵਿਸ਼ੇਸ਼ ਅਧਿਕਾਰ ਬਰਦਾਸ਼ਤ ਨਹੀਂ ਕੀਤੇ ਜਾਣਗੇ। ਮਈ 1947 ਵਿੱਚ ਕਿਹਾ ਗਿਆ ਕਿ ਜਿਹੜੀ ਰਿਆਸਤ ਸੰਵਿਧਾਨਕ ਅਸੈਂਬਲੀ ਵਿੱਚ ਸ਼ਾਮਲ ਹੋਣ ਤੋਂ ਇਨਕਾਰੀ ਹੋਵੇਗੀ ਉਸ ਨਾਲ ਦੁਸ਼ਮਣ ਦੇਸ਼ ਵਾਂਗ ਸਲੂਕ ਕੀਤਾ ਜਾਵੇਗਾ। ਨਹਿਰੂ ਵੱਲੋਂ ਧਮਕਾਉਣ ਤੋਂ ਬਾਅਦ ਪਟੇਲ ਵੱਲੋਂ ਬਰਗਲਾਉਣ ਦੀ ਨੀਤੀ ਸ਼ੁਰੂ ਹੋਈ। 5 ਜੁਲਾਈ ਨੂੰ ਪਟੇਲ ਨੇ ਅੰਤਰਿਮ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਦੀ ਹੈਸੀਅਤ ਵਿੱਚ ਰਿਆਸਤਾਂ ਨੂੰ ਮਿੱਤਰਤਾਪੂਰਨ ਸਮਝੌਤੇ ਦੀ ਅਪੀਲ ਕੀਤੀ। ਵਾਇਸਰਾਏ ਲਾਰਡ ਮਾਊਂਟਬੈਟਨ 25 ਜੁਲਾਈ ਨੂੰ ਇਹਨਾਂ ਰਿਆਸਤਾਂ ਦੇ ਰਾਜਿਆਂ ਨੂੰ ਮਿਲੇ। ਉਹਨਾਂ ਅੰਗਰੇਜ਼ੀ ਸਰਕਾਰ ਦੌਰਾਨ ਇਹਨਾਂ ਰਿਆਸਤਾਂ ਦੇ ਚੰਗੇ ਵਿਹਾਰ ਦੀ ਸ਼ਲਾਘਾ ਕੀਤੀ। ਆਪਣੇ ਭਾਸ਼ਣ ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ ਵਾਇਸਰਾਏ ਦੇ ਸ਼ਬਦਾਂ ਵਿੱਚ ਨਸੀਹਤ ਝਲਕਣ ਲੱਗੀ ਸੀ। ਉਹਨਾਂ ਕਿਹਾ ਕਿ ਤੁਹਾਡੇ ਗੁਆਂਢ ਵਿੱਚ ਨਵੇਂ ਸ਼ਕਤੀਸ਼ਾਲੀ ਦੇਸ਼ ਜਨਮ ਲੈ ਰਹੇ ਹਨ, ਤੁਸੀਂ ਇਹਨਾਂ ਕੋਲੋਂ ਭੱਜ ਨਹੀਂ ਸਕਦੇ। ਕਾਂਗਰਸ ਅਤੇ ਮੁਸਲਿਮ ਲੀਗ ਦੇ ਆਗੂਆਂ ਨੇ ਹੱਦਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਨਣ ਦੀਆਂ ਸੌਹਾਂ ਜਨਤਕ ਸਮਾਗਮਾਂ ਵਿੱਚ ਖਾਧੀਆਂ ਸਨ, ਪਰ ਸਿੱਖ ਆਗੂਆਂ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਸ਼ਰੇਆਮ ਐਲਾਨ ਕੀਤਾ ਕਿ ਜੇ ਫੈਸਲਾ ਉਹਨਾਂ ਦੀ ਪਸੰਦ ਮੁਤਾਬਕ ਨਾ ਹੋਇਆ ਤਾਂ ਉਹ ਵਿਰੋਧ ਕਰਨਗੇ। ਉਹ ਚਨਾਬ ਦਰਿਆ ਤੱਕ ਪੂਰਬੀ ਪੰਜਾਬ ਦੀ ਹੱਦ ਮੰਗ ਰਹੇ ਸਨ, ਪਰ ਢਿੱਡੋਂ ਉਹ ਜਾਣਦੇ ਸਨ ਕਿ ਅਜਿਹਾ ਹੋਣਾ ਮੁਸ਼ਕਿਲ ਹੈ। ਗਿਆਨੀ ਕਰਤਾਰ ਸਿੰਘ ਨੇ ਪੰਜਾਬ ਦੇ ਗਵਰਨਰ ਏਵਨ ਜੈਂਕਿੰਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹੱਦਬੰਦੀ ਦੀ ਸਮੱਸਿਆ ਠੀਕ ਤਰ੍ਹਾਂ ਹੱਲ ਨਾ ਹੋਈ ਤਾਂ ਇੱਥੇ ਖੂਨ ਖਰਾਬਾ ਹੋਵੇਗਾ। ਦ ਪਾਰਟੀਸ਼ਨ ਆਫ ਇੰਡੀਆ ਐਂਡ ਮਾਊਂਟਬੈਟਨ ਦੇ ਕਰਤਾ ਜ਼ਿਕਰ ਕਰਦੇ ਹਨ ਕਿ 30 ਜੁਲਾਈ ਨੂੰ ਗਿਆਨੀ ਕਰਤਾਰ ਸਿੰਘ ਪੰਜਾਬ ਦੇ ਗਵਰਨਰ ਨੂੰ ਦੁਬਾਰਾ ਮਿਲੇ ਅਤੇ ਦੋ ਮੁੱਦਿਆਂ 'ਤੇ ਗੱਲਬਾਤ ਕੀਤੀ। ਪਹਿਲਾ, ਕਿ ਬਲਦੇਵ ਸਿੰਘ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਹੱਦਬੰਦੀ ਕਮਿਸ਼ਨ ਦੇ ਫੈਸਲੇ ਨੂੰ ਸਵੀਕਾਰਨ ਬਾਬਤ ਕੋਈ ਵੀ ਬਿਆਨ ਜਾਰੀ ਕਰੇ। ਦੂਜਾ, ਗਿਆਨੀ ਜੀ ਨੇ ਜਨਾਹ ਵੱਲੋਂ ਇੱਕ ਚੰਗੀ ਪੇਸ਼ਕਸ਼ ਵੇਖੀ ਹੈ ਪਰ ਉਸ 'ਤੇ ਭਰੋਸਾ ਨਹੀਂ ਹੈ। ਗਵਰਨਰ ਨੇ ਗਿਆਨੀ ਜੀ ਦਾ ਇਹ ਸੁਨੇਹਾ ਮਾਊਂਟਬੈਟਨ ਨੂੰ ਭੇਜ ਦਿੱਤਾ ਅਤੇ ਨਾਲ ਲਿਖ ਦਿੱਤਾ, ਮੈਨੂੰ ਲੱਗਿਆ ਕਿ ਗਿਆਨੀ ਕਰਤਾਰ ਸਿੰਘ ਦੁਬਿਧਾ ਵਿੱਚ ਹੈ। ਇਹਨੇ ਅਤੇ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੇ ਮਸਲੇ ਨੂੰ ਬੁਰੀ ਤਰ੍ਹਾਂ ਉਲਝਾ ਦਿੱਤਾ ਹੈ। ਮਸਲੇ ਦਾ ਅਸਲ ਹੱਲ ਇਹ ਸੀ ਕਿ ਗੈਰ ਪੰਜਾਬੀ ਬੋਲਦੇ ਜ਼ਿਲ੍ਹੇ ਛੱਡ ਕੇ ਬਾਕੀ ਪੰਜਾਬ ਪਾਕਿਸਤਾਨ ਵਿੱਚ ਰਹਿੰਦਾ। ਮੈਨੂੰ ਲੱਗਦਾ ਸਿੱਖ ਇਸ ਦੀ ਸ਼ਲਾਘਾ ਕਰਦੇ, ਪਰ ਹੁਣ ਕੁਝ ਵੀ ਕਰਨ ਲਈ ਬਹੁਤ ਦੇਰ ਹੋ ਚੁੱਕੀ ਹੈ। ਘੁੱਗ ਵੱਸਦੇ ਪੰਜਾਬ ਦੇ ਪੰਜਾਬੀ ਸਿਆਸਤ ਹੱਥੋਂ ਸ਼ਿਕਾਰ ਹੋਣ ਜਾ ਰਹੇ ਸਨ। ਸਾਡੇ ਲਈ ਇਹ ਸਮਝਣਾ ਬਹੁਤ ਔਖਾ ਹੈ ਕਿ ਇੰਨੇ ਗੂੜੇ ਸਮਾਜਿਕ ਤਾਣੇ ਬਾਣੇ ਦੇ ਬਾਵਜੂਦ
ਲੱਖਾਂ ਵਿਅਕਤੀਆਂ ਦਾ ਕਤਲ ਕਿਵੇਂ ਹੋ ਗਿਆ। ਇਕੱਲੀ ਆਦਮ ਜਾਤੀ ਨਹੀਂ, ਮਾਲ ਡੰਗਰ ਵੀ ਇਸ ਕਹਿਰ ਦਾ ਸ਼ਿਕਾਰ ਹੋਣੋਂ ਨਹੀਂ ਬਚ ਸਕੇ। ਵੰਡ ਤੋਂ ਪਹਿਲਾਂ ਦੇ ਸਮਾਜਿਕ ਹਾਲਾਤ ਬੜੇ ਭਰਾਤਰੀ ਭਾਵ ਵਾਲੇ ਸਨ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਬਾਹਰ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਮੁਸਲਮਾਨ ਕਾਸ਼ਤਕਾਰ ਤਾਜ਼ੀਆਂ ਸਬਜ਼ੀਆਂ ਵੇਚਣ ਲਈ ਬੈਠੇ ਹੁੰਦੇ ਸਨ। ਡੇਰਾ ਸਾਹਿਬ ਗੁਰਦੁਆਰਾ ਸਾਡੇ ਘਰ ਤੋਂ ਹੋਣਾ ਕੋਈ ਸਵਾ ਮੀਲ ਤਾਂ ਜ਼ਰੂਰ ਹੀ ਹੋਣਾ। ਜਿਉਂ ਹੀ ਸੂਰਜ ਟਿੱਕੀ ਨਿਕਲਣੀ ਉਸੇ ਵੇਲੇ ਆਸਾ ਦੀ ਵਾਰ ਦਾ ਭੋਗ ਪੈ ਜਾਣਾ ਅਤੇ ਫਿਰ ਬਾਹਰ ਨਿਕਲ ਕੇ ਰਾਹੀਂ ਮੁਸਲਮਾਨ ਹੁੰਦੇ ਸੀ। ਉਹਨਾਂ ਨੇ ਰਾਵੀ ਦਰਿਆ ਦੇ ਕੰਢੇ ਸੀ ਗੁਰਦੁਆਰਾ, ਉਹਨਾਂ ਰਾਵੀ ਦਰਿਆ ਦੇ ਆਸ ਪਾਸ ਸਬਜ਼ੀਆਂ ਬੀਜੀਆਂ ਹੁੰਦੀਆਂ ਸੀ, ਤਾਜ਼ੀਆਂ ਸਬਜ਼ੀਆਂ ਲੈ ਕੇ ਉੱਥੇ ਬੈਠੇ ਹੁੰਦੇ। ਅਸੀਂ ਰਹਿੰਦੇ ਸਾਂ ਸ਼ੀਸ਼ਮਹਿਲ ਰੋਡ ਦੇ ਨਾਲ, ਸ਼ੀਸ਼ਮਹਿਲ ਰੋਡ, ਮੋਹਣੀ ਰੋਡ ਵੀ ਕਹਿੰਦੇ ਸੀ ਕੋਈ, ਸ਼ੀਸ਼ਮਹਿਲ ਰੋਡ ਸੀ। ਉੱਥੇ ਘਰ ਜਿਹੜਾ ਸੀਗਾ ਕੋਰਨਰ ਦਾ ਸੀ, ਪਹਿਲਾ ਘਰ ਸੀਗਾ ਫਸਟ ਹਾਊਸ, ਉੱਥੇ ਸਾਡੇ ਘਰ ਭਗਤ ਪੂਰਨ ਸਿੰਘ ਆਉਂਦੇ ਹੁੰਦੇ ਸੀ, ਉਹਨਾਂ ਨੇ ਪਿਆਰਾ ਸਿੰਘ ਨੂੰ ਮੋਢਿਆਂ 'ਤੇ ਚੁੱਕਿਆ ਹੋਣਾ। ਬੀਬੀ ਹਰਭਜਨ ਕੌਰ ਉਦੋਂ 25 ਸਾਲ ਦੇ ਸਨ। ਇਹਨਾਂ ਆਪਣੇ ਪਤੀ ਸਰਦਾਰ ਸੁਰੈਣ ਸਿੰਘ ਸਮੇਤ ਪਰਿਵਾਰ ਦੇ 6 ਜੀ ਗੁਆ ਦਿੱਤੇ। ਟੀਚਾ ਵਤਨੀ ਸਿੰਘਾਂ ਜਿਹੜਾ ਸ਼ਹਿਰ, ਉੱਥੇ ਸਭ ਦਾ ਪਤਾ ਲਿਆਉਂਦੇ ਜਾਂਦੇ ਸੀ। ਮਿੰਟੂ ਮੁਰੀ ਆੜਤੀ ਹੁੰਦੇ ਸੀਗੇ, ਸਭ ਕੁਛ ਉੱਥੇ ਜਮ੍ਹਾਂ ਕਰ ਛੱਡਦੇ ਸੀ ਅਤੇ ਜਿੱਦਣ ਜਮ੍ਹਾਂ ਹੋਏ ਉਸ ਪੈਸੇ ਉਦੋਂ ਉਹ ਕਹਿਣ ਹੁਣ ਸਾਤੋਂ ਲੈ ਜਾਓ। ਉਹ ਪੈਸੇ ਲਈ ਕਰਦੇ ਸੀ ਬਾਬਾ ਇਹਨਾਂ ਦਾ ਮਗਰੋਂ, ਉਹ ਕਿਸੇ ਕੰਮ ਨਹੀਂ ਆਏ ਨਾ ਇੱਧਰ ਕਿ ਅਸੀਂ ਕਰਦੇ ਉਹ ਦੇਸ ਜਮ੍ਹਾਂ ਕਰਦੇ ਗਏ, ਉਹ ਨਹੀਂ ਕੀਤੇ। ਕਹਿੰਦੇ ਨਹੀਂ ਜਦ ਜਾਵਾਂਗੇ ਤਾਂ ਇਹ ਕਿਹੜੇ ਬਾਹਰੇ ਭਾਰੇ ਲੈ ਜਾਵਾਂਗੇ, ਗੱਡੇ ਸਾਡੇ ਕੋਲ ਬਥੇਰੇ ਪਿੰਦੇ ਬਣਾਏ ਵਾ, ਉਹ ਤਾਂ ਫਿਰ ਨਿਕਲੇ ਹੀ ਨਾ, ਉਹਨਾਂ ਨੇ ਕੀ ਕਰਨਾ। ਸਰਦਾਰ ਸਰਵਣ ਸਿੰਘ ਦੇ ਪਰਿਵਾਰ ਦੇ 11 ਮੈਂਬਰ ਆਜ਼ਾਦੀ ਨੂੰ ਪਿਆਰੇ ਹੋ ਗਏ। ਸਰਵਣ ਸਿੰਘ ਚੱਕ 37 ਜ਼ਿਲ੍ਹਾ ਮਿੰਟ ਗੁਮਰੀ ਰਹਿੰਦੇ ਸਨ। ਇਹਨਾਂ ਦੇ ਵੱਡੇ ਭਰਾ ਉੱਤਮ ਸਿੰਘ 19 ਦਿਨੀ ਚੱਕ 76 ਵਿੱਚ ਖੇਤੀ ਕਰਦੇ ਸਨ। ਸਾਡਾ ਪਿੰਡ ਜਿਹੜਾ ਚੀਚਾ ਵਤਨੀ ਤੋਂ ਚੜ੍ਹਦੇ ਪਾਸੇ ਨੂੰ 3 ਮੀਲ 'ਤੇ ਸੀ, ਦਾਸ ਫਦਿਆਣੇ ਉਹ ਲਹਿੰਦੇ ਪਾਸੇ ਸੀ, ਕਿਉਂਕਿ ਅਸੀਂ ਤਾਂ ਮੁਲਤਾਨ ਤੋਂ ਲੈ ਕੇ ਲਾਹੌਰ ਤੱਕ ਸਾਨੂੰ ਸਟੇਸ਼ਨ ਹੁਣ ਤਾਂ ਮਾੜੇ ਮੋਟੇ ਭੁੱਲਦੇ ਆ, ਸਾਰੇ ਯਾਦ ਹੁੰਦੇ ਸੀ। 18-20 ਸਾਲ ਦੀ ਉਮਰ ਸੀਗੀ ਸਾਡੀ, ਪਹਿਲਾਂ ਕੋਈ ਪਤਾ ਨਹੀਂ ਲੱਗਾ। ਮੈਂ ਇੱਥੇ ਨੀਲੀ 'ਚ ਰਹਿੰਦਾ ਸੀ ਅਤੇ ਨੀਲੀ 'ਚ ਰਹਿੰਦੇ ਕੋਈ ਇੱਦਾਂ ਦੀਆਂ ਇਨਫੋਰਮੇਸ਼ਨਾਂ, ਬੜਾ ਭਰਾ ਸੀਗਾ ਉਹ, ਜੇ ਕਿਤੇ ਗੱਲਬਾਤ ਆਉਂਦੀ ਹੁੰਦੀ ਸੀ ਉਹ ਜਾਂਦਾ ਹੁੰਦਾ। ਨੀਲੀ ਤੋਂ ਤੁਹਾਡਾ ਮਤਲਬ ਨੀਲੀ ਬਾਰ ਮੇਰੇ? ਹਾਂ, ਨੀਲੀ ਬਾਰ ਅਤੇ 76 ਚੱਕ ਸੀਗਾ। ਕੁਝ ਇਸ ਤਰ੍ਹਾਂ ਦਾ ਪਿਆਰ ਮੁਹੱਬਤ ਅਤੇ ਭਾਈਚਾਰੇ ਦਾ ਮਾਹੌਲ ਹੀ ਪੂਰਬੀ ਪੰਜਾਬ ਦਾ ਸੀ। ਵੱਡੇ ਪਿੰਡ ਸੀਗੇ ਜੀ 25 ਘਰ, ਪਿੰਡ ਰੁੜਕੀ, ਤਹਿਸੀਲ ਵੱਲੋਂ ਅਤੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ। ਅਸੀਂ ਬਹੁਤ ਪਿਆਰ ਨਾਲ ਰਹਿੰਦੇ ਹੁੰਦੇ, ਸਾਡੇ ਵਿਆਹਾਂ 'ਚ ਉਹ ਆਉਂਦੇ ਹੁੰਦੇ, ਅਸੀਂ ਉਹਨਾਂ ਦੇ ਵਿਆਹਾਂ 'ਚ ਆਉਂਦੇ ਹੁੰਦੇ, ਜੋ ਕੋਈ ਨਹੀਂ ਜਾ ਸਕਦਾ ਉਹਦੇ ਘਰ ਉਹਨਾਂ ਨੇ ਖਾਲਾਂ ਪਹੁੰਚਦਾ ਕਰਨਾ। ਦਸੂਗਾ ਤਹਿਸੀਲ ਸਾਰੀ ਮਲਮਲਾਂ ਦੀ, ਸਾਡੇ ਜਲੰਧਰ ਦੇ ਜ਼ਿਲ੍ਹੇ 'ਚ, ਹੁਸ਼ਿਆਰਪੁਰ ਦੇ ਜ਼ਿਲ੍ਹੇ 'ਚ ਬਹੁਤ ਅੱਧੇ ਨਾਲ ਜ਼ਿਆਦਾ ਮੁਸਲਮਾਨ ਸੀ, ਅਮੀਰ ਬੜੀ ਇੱਜ਼ਤ ਮਾਣ ਨਾਲ ਰਹਿੰਦੇ ਸੀ, ਤਾਂ ਅੱਧਾ ਪਿੰਡ ਮੁਸਲਮਾਨ ਹੁੰਦਾ ਸੀ, ਅੱਧਾ ਜੱਟਾਂ। ਲਹਿੰਦੇ ਪੰਜਾਬ ਦੀ ਸੁੱਖ ਜ਼ਿੰਦਗੀ ਅਤੇ ਆਪਣੇ ਆੜੀਆਂ ਦਾ ਜ਼ਿਕਰ ਕਰਦਿਆਂ ਸਰਦਾਰ ਸਰੂਪ ਸਿੰਘ ਥੋੜ੍ਹੇ ਭਾਵੁਕ ਹੋ ਗਏ। ਮੈਂ ਕਿੰਨੇ ਪੁੱਛੋ ਤਾਂ ਕਿ ਇਹ ਕਿੱਥੀ ਹੈ ਸਰਦਾਰੀ ਦੀ, ਇਹ ਤਾਇਆ ਜਿਹੜਾ ਸੀ ਸਾਡਾ ਇਹਨਾਂ ਦਾ ਬਾਪ ਸੀ ਨਾ, ਜਦੋਂ ਸਾਲ ਪਿੱਛੇ ਲਿਲਾਮੀ ਹੁੰਦੀ ਸੀ ਭਾਗ ਪਟਨ, ਤਹਿਸੀਲ ਭਾਗ ਪਟਨ 'ਚ ਉੱਥੇ ਬੋਲੀ ਹੁੰਦੀ ਸੀ, ਅਫਸਰ ਨੇ ਜਿਹੜਾ ਬੋਲੀ ਕਰਦਾ ਸੀ ਅੰਗਰੇਜ਼, ਹੁਣ ਘੰਟਾ 2 ਘੰਟੇ ਇਹਨਾਂ ਨੂੰ ਉਡੀਕਣਾ ਜ਼ਰੂਰ ਵਾ, ਕਹਿਣਾ ਜਿੰਨਾ ਦੇ ਕਾਲੇ ਕੋਟ ਵਾਲਾ ਆਊਗਾ ਨਾ, ਮੈਂ ਉਹਨਾਂ ਦੇ ਬੋਲੀ ਨਹੀਂ ਸ਼ੁਰੂ ਕਰਨੀ। ਜ਼ਮੀਨ ਲਿਲਾਮ ਹੋਣੀ ਜਦੋਂ, ਠੀਕ ਹੈ ਹਾਂਜੀ, ਮਰੱਬੇ ਲਿਲਾਮ ਹੁੰਦੇ ਸੀ ਬਾਹਰ, ਪਹਿਲਾਂ ਆਵਾਜ਼ ਥੋੜ੍ਹੀ ਸੀਗੀ, ਆਵਾਜ਼ ਆਪਣੇ ਪੰਜਾਬੀਆਂ ਨੇ ਕੀਤਾ, ਲੈਲਪੁਰ ਦਾ ਜ਼ਿਲ੍ਹਾ ਨਹੀਂ ਸੀ ਆਵਾਜ਼, 6.5 ਮਰੱਬੇ ਤਾਂ ਇਹਨਾਂ ਦੇ ਸੀਗੇ, 6 ਮਰੱਬੇ ਸਾਡੇ ਸੀਗੇ ਹਾਂਜੀ, 1 ਮਰੱਬੇ ਤੋਂ ਜਿਹੜੇ ਤੋਂ ਲੈਲਪੁਰ ਦੇ ਜ਼ਿਲ੍ਹੇ 'ਚ 1 ਮਰੱਬਾ ਸੀ, ਉਹ ਤੋਂ ਹੀ ਇੰਨੇ ਮਰੱਬੇ ਬਣਾਏ ਬੁੜਿਆਂ ਨੇ ਕਮਾਈ ਕਰ ਕਰਕੇ, ਸਾਰੇ ਛੱਡਦੇ ਪਏ। ਚੜ੍ਹਦੇ ਤੋਂ ਚੜ੍ਹਦੀ ਘੋੜੀ ਲਿਆਉਣੀ, ਉਹਨੂੰ ਪਤਾ ਲੱਗ ਗਿਆ ਸੀ ਵੀ ਫਲਾਨੀ ਘੋੜੀ ਚੰਗੀ। ਇੱਕ ਖੁਸ਼ੀ ਰਾਮ ਤੇਲੀਆਂ ਦਾ ਮੁੰਡਾ ਹੁੰਦਾ ਸੀ ਜੀ, ਇੱਕ ਨੈਤ ਹੁੰਦਾ ਸੀਗਾ, ਉਹ ਡੋਮੀਨੇਟਰ ਸਾਧਦੇ ਹੁੰਦੇ ਸੀ, ਇੱਦਾਂ ਚੇਤਾ ਉਹਨਾਂ ਦਾ। ਚੱਕ 37 ਦੇ ਨੇੜੇ ਤਹਿਸੀਲ ਚੀਚਾ ਬਤਨੀ ਵਿਖੇ ਇੰਨੀ ਦਿਨੀ ਮੁਸਲਿਮ ਲੀਗ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। 47 ਚੀਚਾ ਬਤਨੀ ਜਿਹੜਾ ਇਕੱਠ ਹੋਇਆ ਉਹਦੇ ਵਿੱਚ ਮੁਸਲਮਾਨਾਂ ਨੇ ਇਹਨੇ ਕੁਛ ਮੁੰਡੇ ਇਕੱਠੇ ਕਰਕੇ ਉੱਥੇ ਪ੍ਰਚਾਰ ਕੀਤਾ ਵੀ ਤੁਸੀਂ ਸਾਡੇ ਨਾਲ ਮਿਲੋ, ਪਰ ਉੱਥੇ ਜਿਹੜੇ ਆਧਰਮੀ ਸੀਗੇ ਉਹ ਇਸ ਗੱਲ ਨੂੰ ਨਹੀਂ ਮੰਨੇ।
इस इकट्ठ ने इन्हां पिंडां दे लोकां नूं माहौल विच तनाव आउण दे कुछ संकेत तां दित्ते पर बजुर्गां ने यह कहिंदिआं सब कासे नूं सिरे तों खारज कर दित्ता कि राज बदलदे रहिंदे हन। साडे च इक प्रताप सिंह हुंदा सीगा ਉਹ ਪਿੱਛੋਂ ਸ਼ਾਮ ਚੁਰਾਸੀ ਦੇ ਕੋਲ ਜੰਡੀ ਚੱਕ ਜੰਡੀ ਪਿੰਡ ਵਾ ਉੱਥੇ ਦਾ ਸੀ ਉਹ ਗਿਆ ਸੀ ਬਰਮਾ 'ਚ ਉਹ ਕਹਿੰਦਾ ਉਹ ਪੜ੍ਹਿਆ ਲਿਖਿਆ ਸੀਗਾ ਉਹ ਅਖਬਾਰ ਪੜ੍ਹਦੇ ਰਹਿਣਾ ਉਹਨੇ ਇਹ ਮੇਰੇ ਤੋਂ ਬੜੇ ਨੂੰ ਤਾਰਾ ਸਿੰਘ ਇਹਦਾ ਨਾਂ ਸੀ ਇਹਨੂੰ ਕਹਿਣ ਲੱਗਾ ਵੀ ਤਾਰਾ ਸਿੰਘ ਵੀ ਆਪਾਂ ਨੂੰ ਨਿਕਲਣਾ ਪੈਣਾ ਵੀ ਬਿਹਤਰ ਆਪਾਂ ਚੱਲੇ ਚੱਲੀਏ ਇੱਥੋਂ ਨਿਕਲ ਜਾਈਏ ਆਪਾਂ ਪਰਿਵਾਰ ਜੇ ਆਖੇ ਲੱਗ ਜਾਂਦਾ ਬਹੁਤ ਬਹੁਤ ਇੱਧਰੋਂ ਕਈ ਮੁਸਲਮਾਨ ਇੱਕ ਇੱਥੇ ਜਿੱਥੇ ਹਰਿਆਲੀ ਉਹ ਘਰ ਜਿਹੜਾ ਸੀ ਉਹ ਸੀਗਾ ਡਾਕਟਰ ਦਾ ਉਹ ਚੀਚਾ ਪਤਨੀ ਡਾਕਟਰ ਹੁੰਦਾ ਸੀ ਪਰਮਾਨੰਦ ਉਹਦੀ ਲੱਤ ਵੱਢੀ ਸੀਗੀ ਜੀ ਇੱਥੇ ਉਹ ਜ਼ੋਰ ਲਾ ਰਿਹਾ ਵੀ ਤੁਸੀਂ ਇੱਦਾਂ ਕਰੋ ਤਬਾਦਲਾ ਕਰ ਲਓ ਸਾਡੇ ਨਾਲ ਸਾਡੇ ਬੰਦੇ ਉੱਥੇ ਚੱਲ ਜਾਣ ਉਹ ਬੰਦੇ ਤੁਹਾਡੇ ਇੱਥੇ ਆ ਜਾਣ ਭਰਿਆ ਭਰਾਏ ਘਰ ਇੱਦਾਂ ਹੀ ਸਾਂਭ ਲੈਣ ਸਾਨੂੰ ਅਸੀਂ ਉੱਧਰ ਚੱਲ ਜਾਂਦੇ ਹਾਂ ਉਹ ਇੱਧਰ ਆ ਜਾਣ ਉਹਨੂੰ ਬੜਾ ਜ਼ੋਰ ਲਾਇਆ ਫਿਰ ਪੂਰਨਪੁਰੀਏ ਫਤਿਹ ਮੁਹੰਮਦ ਸੀਗਾ ਉਹਨੂੰ ਬੜਾ ਉਦੋਂ ਸੁਣ ਬਹੁਤ ਜ਼ੋਰ ਲਾਇਆ ਸੀ ਉਦੋਂ ਸਿਆ ਤੂੰ ਇੱਦਾਂ ਕਰ ਤੂੰ ਬੰਦੇ ਇਹ ਰੌਲੇ ਪੈ ਜਾਣੇ ਆ ਅਤੇ ਤੂੰ ਇੱਦਾਂ ਕਰ ਪਰਿਵਾਰ ਐਵੇਂ ਤੁਸੀਂ ਗੱਡੇ ਜੋੜ ਕੇ ਜਾਂ ਪਸ਼ੂ ਪਾਲ ਸਭ ਕੁਝ ਲੈ ਲੂ ਕੇ ਅਤੇ ਇੱਧਰ ਆ ਜਾਓ ਇੱਧਰ ਸਾਡਾ ਘਰ ਸੰਭਾਲ ਲਓ ਅਤੇ ਅਸੀਂ ਉੱਧਰ ਚੱਲ ਜਾਂਦੇ ਇੱਦਾਂ ਦੀਆਂ ਕਈ ਸਕੀਮਾਂ ਹੁੰਦੀਆਂ ਰਹੀਆਂ ਪਰ ਬਜ਼ੁਰਗ ਆਖੇ ਨਹੀਂ ਲੱਗੇ ਉਹ ਕਹਿੰਦੇ ਇੰਨਾ ਸਿਲਸਿਲਾ ਛੱਡ ਕੇ ਜਿੱਦਾਂ ਉਹ ਤੁਸੀਂ ਕਹਿਣੇ ਇੱਕ ਗੁੱਟ ਜਾ ਕੇ ਸੋਨੇ ਦਾ ਕੜਾ ਹੋਵੇ ਅਤੇ ਇੱਕ ਚੋਖੇ ਲੋਹੇ ਦਾ ਹੋਵੇ ਉਹ ਸੋਨੇ ਦਾ ਕੜਾ ਲੈ ਕੇ ਬਹਿ ਜਾਂਦਾ ਆਦਮੀ ਨੂੰ ਜਦੋਂ ਜੇ ਬਜ਼ੁਰਗਾਂ ਨੂੰ ਮੇਰੇ ਤੋਂ ਬੜੇ ਨੇ ਤਾਰਾ ਸੋਨੇ ਕਹਿਣਾ ਵੀ ਤੂੰ ਇੱਦਾਂ ਕਰੀਏ ਆਪਾਂ ਪਰਿਵਾਰ ਲਾਂਭੇ ਭੇਜ ਦੇਈਏ ਫਿਰ ਜਦੋਂ ਰੌਲੇ ਰੂਲੇ ਹਟ ਜਾਣਗੇ ਲੈ ਆਵਾਂਗੇ ਜੀ ਕਹਿਣਾ ਲੈ ਰਾਜਧਾਨੀ ਬਦਲਦੀ ਰਹੀ ਹੈ ਰਾਜ ਬਦਲਦਾ ਰਿਹਾ ਆ ਕਿਤੇ ਇੱਦਾਂ ਥੋੜ੍ਹਾ ਵੱਡ ਵਡਾਂਗਾ ਹੋਣਾ ਆ ਕਿਤੇ ਪਹਿਲਾਂ ਇੱਦਾਂ ਹੀ ਸੀਗਾ ਕਦੇ ਨਹੀਂ ਮਾਣੇ ਛੇਤੀ ਉੱਠੇ ਗਏ ਸਾਡੇ ਉਹ ਤਦੇ ਨਹੀਂ ਉੱਠੇ ਕਹਿੰਦੇ ਉੱਥੇ ਇੰਨਾ ਹਮਲਾ ਹੌਲਾ ਹੋ ਗਿਆ ਨਹੀਂ ਤਾਂ ਉਹ ਤਾਂ ਹੁੰਦਾ ਚੁੱਪ ਕਰਕੇ ਉੱਠ ਕੇ ਆ ਜਾਂਦੇ ਸ਼ਾਇਦ ਉਹਨਾਂ ਨੂੰ ਯਕੀਨ ਸੀ ਕਿ ਜੇ ਬਟਵਾਰਾ ਹੁੰਦਾ ਵੀ ਹੈ ਤਾਂ ਸੰਘਣੀ ਸਿੱਖ ਵਸੋਂ ਕਰਕੇ ਜ਼ਿਲ੍ਹਾ ਮਿੰਟਗੁਮਰੀ ਨੂੰ ਪਾਕਿਸਤਾਨ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਮਿਸ ਮਿੰਟਗੁਮਰੀ ਤਾਂ ਹੈ ਹੀ ਸਾਡਾ ਲਾਹੌਰ ਸਾਡਾ ਮੁਲਤਾਨ ਸਾਡਾ ਉਹ ਕੁਛ ਵੀ ਨਾ ਰਿਹਾ ਸਾਡਾ ਹਾਲਾਤ ਦਿਨੋ ਦਿਨ ਤਣਾਅਪੂਰਨ ਹੁੰਦੇ ਜਾ ਰਹੇ ਸਨ ਪਿੰਡਾਂ ਦੇ ਮਿਸਤਰੀਆਂ ਨੇ ਪਿੰਡੋ ਪਿੰਡੀ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਕੁਝ ਹਥਿਆਰ ਸਾਬਕਾ ਫੌਜੀਆਂ ਕੋਲ ਵੀ ਮੌਜੂਦ ਸਨ ਸਾਡੇ ਪਿੰਡ 'ਚ ਤਾਂ ਫੌਜ ਦੇ ਮਤਲਬ ਬੰਦੇ ਘੱਟ ਸੀ ਦੋ ਫੌਜੀ ਹੋਣਗੇ ਪਰ ਹਥਿਆਰ ਲੋਕ ਇਸ ਕਰਕੇ ਜਿਹਨੂੰ ਪਤਾ ਸੀ ਸਾਰਿਆਂ ਨੂੰ ਲੱਗ ਗਿਆ ਵੀ ਕੁਛ ਹੋ ਵਾਪਰੂਗਾ ਹਥਿਆਰ ਪਿੰਡਾਂ ਜਿਵੇਂ ਸਾਡੇ ਹਰੀ ਮਿਸਤਰੀ ਚੇਤ ਮਿਸਤਰੀ ਸਾਡੇ ਪਿੰਡ 'ਚ ਉਹਨਾਂ ਨੇ ਵਰਛੇ ਬਣਾਉਣੇ ਸ਼ੁਰੂ ਕਰਤੇ ਤਲਵਾਰਾਂ ਬਣਾਉਣੀਆਂ ਸ਼ੁਰੂ ਕਰਤੀਆਂ ਗੰਡਾਸੇ ਅਤੇ ਉਹ ਇਸ ਕਿਸਮ ਦੇ ਹਥਿਆਰ ਬਹੁਤ ਤਿਆਰ ਹੋ ਚੁੱਕੇ ਸੀ ਅਗਸਤ ਦੇ ਪਹਿਲੇ ਹਫ਼ਤੇ ਜ਼ਿਲ੍ਹਾ ਮਿੰਟਗੁਮਰੀ ਅਤੇ ਲੈਲਪੁਰ ਦੇ ਹਾਲਾਤ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਵਰਗੇ ਸਨ ਲੈਲਪੁਰ ਜ਼ਿਲ੍ਹੇ 'ਚ ਚੱਕ ਸੈਂਤੀ ਉੱਥੇ ਸੀਗੇ ਉੱਥੋਂ ਫਿਰ ਇੱਥੇ ਇੱਧਰ ਮਿਲ ਗਿਆ ਗਏ ਸੀ ਪਤਾ ਥੋੜ੍ਹਾ ਸੀ ਇੱਦਾਂ ਹੋਣੀ ਆਮ ਜਨਜੀਵਨ ਨੂੰ ਆਉਣ ਵਾਲੇ ਦਿਨਾਂ ਬਾਰੇ ਬਹੁਤੇ ਅੰਦਾਜ਼ੇ ਨਹੀਂ ਸਨ ਅਗਸਤ ਦਾ ਦੂਜਾ ਹਫ਼ਤਾ ਆਉਂਦਿਆਂ ਆਉਂਦਿਆਂ ਹਾਲਾਤਾਂ ਵਿੱਚ ਤਲਖੀ ਮਹਿਸੂਸ ਹੋਣ ਲੱਗੀ ਸੀ ਤਹਿਸੀਲ ਚੀਚਾ ਵਤਨੀ ਦੇ ਪੁਲਿਸ ਥਾਣੇ ਵਿੱਚੋਂ ਇਕਲੌਤੇ ਸਿੱਖ ਥਾਣੇਦਾਰ ਦਾ ਅਚਾਨਕ ਤਬਾਦਲਾ ਕਰ ਦਿੱਤਾ ਗਿਆ ਸੀ ਆਪਣੀ ਸਿੱਖ ਫੋਰਸ ਜਿਹੜੀ ਸੀ ਚੀਚਾ ਵਤਨੀ ਤੋਂ ਕੋਈ 8-7 ਦਿਨ ਪਹਿਲਾਂ ਥਾਣੇਦਾਰ ਬਦਲਾਇਆ ਸਰਦਾਰ ਸੀ ਇੱਥੇ ਉਹਨੂੰ ਬਦਲ ਦਿੱਤਾ ਉੱਧਰ ਰਾਜਧਾਨੀ ਲਾਹੌਰ ਵਿੱਚ ਵੀ ਬਹੁਤ ਤਲਖੀ ਭਰਿਆ ਮਾਹੌਲ ਸੀ ਲਾਹੌਰ ਦੇ ਇੱਕ ਸਕੂਲ ਵਿੱਚ ਕਾਂਗਰਸ ਦੇ ਸਮਰਥਕਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾ ਦਿੱਤਾ ਦੂਰ ਦੁਰਾਡੇ ਇਲਾਕਿਆਂ ਵਿੱਚ ਫਿਰਕੂ ਦੰਗੇ ਭੜਕਣ ਦੀਆਂ ਅਫਵਾਹਾਂ ਮਾਹੌਲ ਨੂੰ ਹੋਰ ਭੜਕਾ ਰਹੀਆਂ ਸਨ ਕੁਝ ਸਾਂਝੀ ਵਸੋਂ ਵਾਲੇ ਇਲਾਕਿਆਂ ਵਿੱਚ ਸਦਭਾਵਨਾ ਕਮੇਟੀਆਂ ਵੀ ਬਣੀਆਂ ਤਾਂ ਜੋ ਭਾਈਚਾਰਕ ਸਾਂਝ ਨਾ ਟੁੱਟ ਸਕੇ ਲਾਹੌਰ ਦੀਆਂ ਗਲੀਆਂ ਵਿੱਚ ਇਹ ਚਰਚਾ ਛਿੜ ਗਈ ਸੀ ਕਿ ਬਟਵਾਰੇ ਦੌਰਾਨ ਲਾਹੌਰ ਕਿਸ ਪਾਸੇ ਜਾਵੇਗਾ
ਲਾਹੌਰ ਦੇ ਬਛਿੰਦੇ ਲਾਹੌਰ ਛੱਡਣ ਲਈ ਤਿਆਰ ਨਹੀਂ ਸਨ। ਲਾਹੌਰ ਦੇ ਉਹਨਾਂ ਦਿਨਾਂ ਦੇ ਹਾਲਾਤਾਂ ਬਾਰੇ ਕੁਝ ਜਾਣਕਾਰੀ ਖੁਸ਼ਵੰਤ ਸਿੰਘ ਵੱਲੋਂ 1997 ਵਿੱਚ ਆਊਟਲੁੱਕ ਲਈ ਲਿਖੇ ਇੱਕ ਲੇਖ ਲਾਸਟ ਡੇਜ਼ ਇਨ ਲਾਹੌਰ ਵਿੱਚ ਮਿਲਦੀ ਹੈ। ਉਹਨਾਂ ਇਸ ਲੇਖ ਵਿੱਚ ਬਦਾਮੀ ਬਾਗ ਅਤੇ ਨੇੜੇ ਤੇੜੇ ਦੇ ਇਲਾਕੇ ਵਿੱਚ ਫੈਲੀ ਹਿੰਸਾ ਦਾ ਜ਼ਿਕਰ ਕੀਤਾ ਹੈ। ਖੁਸ਼ਵੰਤ ਸਿੰਘ ਉਨੀ ਦਿਨੀ ਲਾਹੌਰ ਕਚਹਿਰੀਆਂ ਵਿੱਚ ਵਕਾਲਤ ਕਰਦੇ ਸਨ। ਉਹ ਲਿਖਦੇ ਹਨ ਕਿ ਇੱਕ ਦਿਨ ਜਦੋਂ ਮੈਂ ਅਦਾਲਤ ਪਹੁੰਚਿਆ ਤਾਂ ਕੁਝ ਸਿੱਖ ਵਿਦਿਆਰਥੀਆਂ ਨੂੰ ਹੱਥ ਘੜੀਆਂ ਲਾ ਕੇ ਖੜਾਇਆ ਹੋਇਆ ਸੀ। ਇਹਨਾਂ ਉੱਪਰ ਦੋ ਮੁਸਲਮਾਨਾਂ ਦੇ ਕਤਲ ਦਾ ਦੋਸ਼ ਸੀ। ਇਹਨਾਂ ਵਿੱਚ ਇੱਕ ਵਿਦਿਆਰਥੀ ਗੰਗਾ ਸਿੰਘ ਢਿੱਲੋਂ ਸੀ ਜੋ ਬਾਅਦ ਵਿੱਚ ਖਾਲਿਸਤਾਨ ਲਹਿਰ ਦੌਰਾਨ ਚਰਚਾ ਵਿੱਚ ਆਏ। ਇਹਨਾਂ ਸਾਰਿਆਂ ਨੂੰ ਜਸਟਿਸ ਤੇਜਾ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਜ਼ਮਾਨਤ ਦੇ ਦਿੱਤੀ। ਆਜ਼ਾਦੀ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਪੰਜਾਬ ਦੇ CID ਵਿਭਾਗ ਦੇ ਮੁਖੀ ਕ੍ਰਿਸ ਐਵਰਟ, ਜੋ ਮੇਰੇ ਨਾਲ ਲੰਡਨ ਵਿੱਚ ਵਕਾਲਤ ਪੜ੍ਹੇ ਸਨ, ਉਹਨਾਂ ਮੈਨੂੰ ਸਲਾਹ ਦਿੱਤੀ ਕਿ ਲਾਹੌਰ ਛੱਡ ਦਿਓ। ਉਹਨਾਂ ਸਾਨੂੰ 6 ਬਲੋਚ ਸਿਪਾਹੀਆਂ ਦੀ ਸੁਰੱਖਿਆ ਟੁਕੜੀ ਦਿੱਤੀ। ਮੈਂ ਅਤੇ ਮੇਰੀ ਪਤਨੀ ਕਾਲਕਾ ਦੀ ਟ੍ਰੇਨ ਫੜ ਕੇ ਨਿਕਲ ਆਏ। ਉਜਰਤੀ ਜਿੱਦਾਂ ਭਾਦੋਂ ਦੇ ਦਿਨਾਂ 'ਚ ਸਾਡੇ ਕਮਾਦ ਉਸ ਸਾਲ ਨਰਮੇ ਕੀ ਕਮਾਦ ਕੀ ਇੰਨੇ ਭਾਰੇ ਸੀਗੇ ਵੀ ਜਿੱਦਾਂ ਛੱਡ ਕੇ ਆਉਣਾ ਸੀ।